ਸਾਈਡ ਵੇ ਬੱਚੇ ਨੂੰ ਕਾਲਾ ਕੋਟ ਐਮ ਨਹੀਂ ਪਾਇਆ ਉਹਦੇ ਜਿਹੜੇ ਰਿਵਰਸ ਪੰਚ ਸੀਗੇ ਈਵਨ ਉਹ ਵੀ ਮੈਂ ਲਿਖ ਕੇ ਜਿੰਨੂ ਜੀ ਨੂੰ ਦਿੰਦਾ ਸੀ ਕਿ ਜਿੰਨੂ ਜੀ ਵੀ ਜਦੋਂ ਹਾਲਾਂਕਿ ਜਿੰਨੂ ਜੀ ਬਹੁਤ ਅੱਛੇ ਐਕਟਰ ਨੇ ਅਤੇ ਪਰ ਜਦੋਂ ਮੇਰੇ ਨਾਲ ਟਾਈਮਿੰਗ ਇੰਨੀ ਅੱਛੀ ਹੁੰਦੀ ਹੈ ਵੀ ਜਦੋਂ ਮੈਂ ਕੋਈ ਪੰਚ ਮਾਰਦਾ ਉਸ ਤੋਂ ਬਾਅਦ ਉਹਦਾ ਰਿਵਰਸ ਕਾਊਂਟਰ ਜਿਹੜਾ ਹੈਗਾ ਉਹ ਬੋਲਦੇ ਨੇ ਜਿਵੇਂ ਮੈਂ ਕਿਹਾ ਐਡਵੋਕੇਟ ਤੇ ਮੈਨੂੰ ਕਾਲਾ ਕੋਟ ਐਮ ਨਹੀਂ ਪਾਇਆ ਉਹਨਾਂ ਕਿ ਸੱਚ ਕੋਲ ਉਹ ਜੁੜੀ ਵੀ ਤਾਂ ਪਾਇਆ ਇੱਦਾਂ ਦੇ ਜਿਹੜੇ ਸਾਨੂੰ ਰਿਵਰਸ ਕਾਊਂਟਰ ਪੰਚ ਮਿਲਦੇ ਨੇ ਉਹਨਾਂ ਦੀ ਵੈਲਿਊ ਡਬਲ ਹੋ ਜਾਂਦੀ ਹੁਣ ਤਾਂ ਰੰਗ ਚਾਚੇ ਦਾ ਹੀ ਅਸੀਂ ਕਿਸੇ ਦਾੜੀ ਹੋ ਗਈ ਅੱਗੇ ਮੈਂ ਜਦ ਕਿੱਥੇ ਕਰਦਾ ਹੁੰਦਾ ਸੀ ਛਣਕਾਟੇ बदरंग लेके नहीं आ रहा तो कोशिश कर रहे हैं कि ऐसी छणकाटा दोबारा असं किस फॉर्म से लेके आईए मैं उस दिन पार्टी को भी गल कहती थी कैसे लोग इस फिल्म देख के खुश हो रहे हैं ना चाचा मैं क्या महीना एक अड़क जाए उसके बाद फिल्म आने अपना कैरी ऑन चटा ये फिल्म के बच्चे मेरे हिसाब ना सिर्फ कुछ स्माइल आती है मेरे से खासा आता थोड़ा आ पर जिधर तुम कैरी ऑन चटा फिल्म देख ली उसमें थोड़े ढिडों हाथा आवा सीटा से बैठ के उबल ਭੱਲਾ ਸਾਹਿਬ ਤੁਹਾਡੇ ਛਣਕਾਟਿਆਂ ਤੋਂ ਲੈ ਕੇ ਫਿਲਮਾਂ ਤੱਕ ਦੇ ਰੰਗ ਤਾਂ ਸਾਰੇ ਬਾਖੂਬੀ ਜਾਣਦੇ ਹੀ ਜਿੰਨੇ ਵੀ ਸਰੋਤੇ ਸੁਣ ਰਹੇ ਆ ਜਦੋਂ ਦਰਸ਼ਕ ਬਣ ਕੇ ਦੇਖਦੇ ਆ ਤੇ ਉਹਨਾਂ ਦੇ ਮਨ ਦੇ ਉੱਤੇ ਤੁਸੀਂ ਕਮਿਟ ਪੈੜ ਛੱਡਦੇ ਹੋ ਪਰ ਲਾਕਡਾਊਨ ਦੇ ਵਿੱਚ ਵੀ ਤੁਸੀਂ ਹਾਸੇ ਠੱਠੇ ਵਾਲੀਆਂ ਬੜੀਆਂ ਗੱਲਾਂ ਕੀਤੀਆਂ ਲੋਕਾਂ ਨੂੰ ਸਮਝਾਈਆਂ ਵੀ ਦਿੱਤੀਆਂ ਉਹ ਫਿਰ ਜਿਹੜੇ ਵੱਖਰੇ ਅੰਗ ਪੇਸ਼ ਕੀਤੇ ਆ ਮੈਂ ਚਾਹੁੰਦਾ ਜੀ ਕਿ ਉਹਦਾ ਇੱਕ ਨਮੂਨਾ ਵੀ ਜ਼ਰੂਰ ਦੱਸ ਦਿਓ ਤੇ ਇਹ ਫਿਰ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਫੁਰਨਾ ਫੁਰਦਾ ਸੀ ਵੀ ਮਨੋਰੰਜਨ ਦੇ ਨਾਲ ਨਾਲ ਲੋਕਾਂ ਨੂੰ ਸੇਧ ਵੀ ਦੇਣੀ ਹੈ ਹਾਂ ਵੈਲਕਮ ਕਰਦੇ ਹਾਂ ਦੁਬਾਰਾ ਤੋਂ ਸਵੰਤ ਸਿੰਘ ਟੈਣਾ ਸਾਹਿਬ ਦਾ ਅਤੇ ਨਾਲ ਦੀ ਨਾਲ ਜਸਵਿੰਦਰ ਭੱਲਾ ਸਾਹਿਬ ਦਾ ਵੀ ਵੈਲਕਮ ਕਰਾਂਗੇ ਟੈਕਨੀਕਲ ਟੀਮ ਨੂੰ ਰਿਕੁਐਸਟ ਇਹ ਕਰਦੀ ਹੈ ਵੀ ਆਵਾਜ਼ ਪੂਰੀ ਪ੍ਰੋਪਰ ਕਰ ਦਿਓ ਤਾਂ ਕਿ ਸਾਡੇ ਲਿਸਨਰਸ ਤੱਕ ਪ੍ਰੋਪਰ ਇੰਟਰਵਿਊ ਇਹ ਡੈਫੀਨੇਟਲੀ ਕੰਡਕਟ ਕੀਤੀ ਜਾਵੇ ਸੋ ਸਵੰਤ ਸਿੰਘ ਟੈਣਾ ਸਾਹਿਬ ਤੁਹਾਨੂੰ ਅਗੇਨ ਤੁਹਾਡੇ ਪ੍ਰੋਗਰਾਮ 'ਚ ਵੈਲਕਮ ਅਤੇ ਨਾਲ ਦੀ ਨਾਲ ਜਸਵਿੰਦਰ ਭੱਲਾ ਸਾਹਿਬ ਦਾ ਵੀ ਵੈਲਕਮ ਕਰਦੇ ਹਾਂ ਆਕਾਸ਼ਵਾਣੀ ਦੀਆਂ ਲਹਿਰਾਂ ਦੇ ਉੱਪਰ ਯਾਨੀ ਕਿ ਫਰੈਂਡਸ ਰੇਡੀਓ ਦੇ ਉੱਪਰ ਜੀ ਟੈਣਾ ਸਾਹਿਬ ਵੈਲਕਮ ਅਗੇਨ ਐਂਡ ਕੰਟੀਨਿਊ ਸਰ ਜਸਵਿੰਦਰ ਭੱਲਾ ਸਾਹਿਬ ਤੁਹਾਡਾ ਫਰੈਂਡਸ ਰੇਡੀਓ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਜੀ ਥੈਂਕ ਯੂ ਟੈਣਾ ਸਾਹਿਬ ਤੁਸੀਂ ਸਾਨੂੰ ਯਾਦ ਕੀਤਾ ਅਸੀਂ ਤੁਹਾਡੇ ਲਈ ਹਾਜ਼ਰ ਹਾਂ ਤੇ ਪਿਆਰੇ ਪਿਆਰੇ ਸਰੋਤਿਆਂ ਨਾਲ ਤੁਸੀਂ ਮੈਨੂੰ ਰੂਬਰੂ ਕਰਾਉਣ ਜਾ ਰਹੇ ਹੋ ਬਹੁਤ ਬਹੁਤ ਧੰਨਵਾਦ ਭੱਲਾ ਸਾਹਿਬ ਤੁਹਾਡੇ ਛਣਕਾਟਿਆਂ ਤੋਂ ਲੈ ਕੇ ਫਿਲਮਾਂ ਤੱਕ ਦੇ ਰੰਗ ਤਾਂ ਸਾਰੇ ਬਾਖੂਬੀ ਜਾਣਦੇ ਹੀ ਜਿੰਨੇ ਵੀ ਸਰੋਤੇ ਸੁਣ ਰਹੇ ਆ ਜਦੋਂ ਦਰਸ਼ਕ ਬਣ ਕੇ ਦੇਖਦੇ ਆ ਤੇ ਉਹਨਾਂ ਦੇ ਮਨ ਦੇ ਉੱਤੇ ਤੁਸੀਂ ਅਮਿੱਟ ਪੈੜ ਛੱਡਦੇ ਹੋ ਪਰ ਲਾਕਡਾਊਨ ਦੇ ਵਿੱਚ ਵੀ ਤੁਸੀਂ ਹਾਸੇ ਠੱਠੇ ਵਾਲੀਆਂ ਬੜੀਆਂ ਗੱਲਾਂ ਕੀਤੀਆਂ ਲੋਕਾਂ ਨੂੰ ਸਮਝਾਈਆਂ ਵੀ ਦਿੱਤੀਆਂ ਉਹ ਫਿਰ ਜਿਹੜੇ ਵੱਖਰੇ ਅੰਗ ਪੇਸ਼ ਕੀਤੇ ਆ ਮੈਂ ਚਾਹੁੰਦਾ ਜੀ ਕਿ ਉਹਦਾ ਇੱਕ ਨਮੂਨਾ ਵੀ ਜ਼ਰੂਰ ਦੱਸ ਦਿਓ ਤੇ ਇਹ ਫਿਰ ਤੁਹਾਡੇ ਦਿਮਾਗ ਦੇ ਵਿੱਚ ਕਿਵੇਂ ਫੁਰਨਾ ਫੁਰਦਾ ਸੀ ਵੀ ਮਨੋਰੰਜਨ ਦੇ ਨਾਲ ਨਾਲ ਲੋਕਾਂ ਨੂੰ ਸੇਧ ਵੀ ਦੇਣੀ ਹੈ ਐਕਚੁਅਲੀ ਇਹ ਗੱਲ ਸੀਗੀ ਜੀ ਜਦੋਂ 2020 'ਚ ਲਾਕਡਾਊਨ ਲੱਗਿਆ ਸੀਗਾ ਤਾਂ ਸਮਾਂ ਬਤੀਤ ਨਹੀਂ ਹੋ ਰਿਹਾ ਸੀ ਲੋਕ ਇੰਨੇ ਡਰ ਗਏ ਸੀ ਇਤਿਹਾਸ ਤਾਂ ਬਹੁਤ ਰੱਖ ਰਹੇ ਸੀ ਲੋਕ ਜੋ ਕਿ ਫਸਟ ਟਾਈਮ ਲਾਕਡਾਊਨ ਲੱਗਿਆ ਸੀ ਇੱਕ ਐਸਾ ਹਊਆ ਆ ਗਿਆ ਸੀ ਲੋਕਾਂ ਦੇ ਸਾਹਮਣੇ ਵੀ ਜੇ ਕੋਈ ਦੁੱਧ ਵਾਲਾ ਬਾਹਰੋਂ ਦੁੱਧ ਦੇ ਕੇ ਉਹਨੂੰ ਪੈਸੇ ਦਿੰਦੇ ਸੀ ਤਾਂ ਲੋਕ ਪੈਸੇ ਜਿਹੜੇ ਵਾਪਸ ਵਾਲੇ ਸੀ ਉਹ ਉਹਨਾਂ ਦੇ ਹੱਥ ਤੋਂ ਨੀ ਫੜਦੇ ਸੀਗੇ ਉਹ ਵੀ ਕਹਿੰਦੇ ਸੀ ਵੀ ਇੱਥੇ ਹੀ ਲਿਫਾਫੇ 'ਚ ਪਾ ਦੇ ਜਾਂ ਇੱਥੇ ਬਨੇਰੇ 'ਚ ਰੱਖ ਦੇ ਅਸੀਂ ਕੋਈ ਗੱਲ ਨੀ ਧੁੱਪ ਤੋਂ ਬਾਅਦ ਚੱਕ ਲਾਂਗੇ ਇੰਨਾ ਖੌਫ ਲੋਕਾਂ ਦੇ ਮਨਾਂ ਦੇ ਵਿੱਚ ਹੋ ਗਿਆ ਸੀ ਤੇ ਫਿਰ ਉਸ ਪੀਰੀਅਡ ਦੇ ਦੌਰਾਨ ਉਹ ਥੋੜਾ ਜਿਹਾ ਖੌਫ ਤੋਂ ਲੋਕਾਂ ਨੂੰ ਬਾਹਰ ਕੱਢਣ ਲਈ ਤੇ ਸ਼ੁਰੂਆਤ ਤਾਂ ਸਿਰਫ ਉੱਥੋਂ ਹੋਈ ਸੀ ਵੀ ਜਦੋਂ ਡਾਈ ਮੁੱਕ ਦੀ ਲਾਉਣ ਨੂੰ ਤੇ ਚਿੱਟਿਆਂ ਤੋਂ ਬੱਗੇ ਹੋਣੇ ਸ਼ੁਰੂ ਹੋ ਗਏ ਕਾਲਿਆਂ ਤੋਂ ਜਦੋਂ ਬੱਗੇ ਹੋਏ ਤੇ ਫਿਰ ਸਰਕਾਰ ਨੇ ਉਹਨਾਂ ਦਿਨਾਂ ਦੇ ਵਿੱਚ ਜਿਹੜੇ ਲੋਕ ਗਰੀਬ ਗੁਰਬੇ ਸੀ ਤੇ ਉਹਨਾਂ ਲਈ ਰਾਸ਼ਨ ਦੇ ਪੈਕਟ ਬਣਾ ਕੇ ਜਦੋਂ ਸਪਲਾਈ ਕਰਨੇ ਸ਼ੁਰੂ ਕੀਤੇ ਤਾਂ ਉਹਨਾਂ ਵਿੱਚ ਮੈਂ ਇੱਕ ਸਟਾਇਰ ਕੀਤਾ ਸੀ ਕਿ ਜਿੱਥੇ ਤੁਸੀਂ ਰਾਸ਼ਨ ਦੀਆਂ ਕਿਲੋ ਦੋ ਦੋ ਕਿਲੋ ਆਟਾ ਪਾਉਂਦੇ ਹੋ ਦਾਲ ਸਬਜ਼ੀ ਪਾਉਂਦੇ ਹੋ ਕੁਛ ਹੋਰ ਪਾਉਂਦੇ ਹੋ ਤੇ ਇੱਕ ਇੱਕ ਡੱਬੀ ਡਾਈ ਦੀ ਵੀ ਛੱਡਦੇ ਹੋ ਸਾਡੇ ਵਰਗੇ ਮੁੜ ਕੇ ਇਹਨਾਂ ਨਾ ਹੋਵੇ ਬਾਅਦ ਚ ਜਾਣੇ ਨਾ ਜਾਣ ਸੋ ਉੱਥੋਂ ਸ਼ੁਰੂਆਤ ਹੋਈ ਗੱਲ ਦੀ ਤੇ ਫਿਰ ਹੌਲੀ ਹੌਲੀ ਜਿਹੜੀਆਂ ਕਲਿਪਸ ਨੇ ਮੈਂ ਪੁਖਰਾਜ ਦੇ ਨਾਲ ਰਲ ਕੇ ਕਿਉਂਕਿ ਕਰੀ ਸੀ ਪਿਓ ਪੁੱਤ ਤੇ ਬਾਕੀ ਹੋਰ ਕੋਈ ਐਕਟਰਸ ਹੈ ਨੀ ਸੀ ਹੌਲੀ ਹੌਲੀ ਵਾਈਫ ਨੂੰ ਕਹਿਣਾ ਤੂੰ ਵੀ ਮਾੜਾ ਜਿਹਾ ਰੋਲ ਕਰ ਦੇ ਵਿੱਚ ਉਹ ਲੋਕਾਂ ਨੂੰ ਇੰਨੇ ਅੱਛੇ ਲੱਗੇ ਇੰਨਾ ਪਿਆਰ ਦਿੱਤਾ ਤੇ ਸਾਡਾ ਹੌਸਲਾ ਵੱਧਦਾ ਗਿਆ ਅਸੀਂ ਥੋੜੇ ਥੋੜੇ ਜਿਹੜੇ ਕਲਿਪ ਸੀਗੇ ਉਹ ਲਾਕਡਾਊਨ ਦੇ ਵਿੱਚ ਬਣਾਉਣੇ
शुरू किए तो मेरा ख्याल जिन्हें भी बनाए वो सारे सुपरहिट होए और किन्ने किन्ने लैक तक वायरल होए तो उदों यानी ज्यादा पीरियड थी। इस बारे भी थोड़ा जहा लॉकडाउन च करते पर जो लॉकडाउन खत्म होंदा हुण दोबारा देखते हैं मनाली वर्गे होटलों के दस दिया कि एक कमरा भी खाली नहीं जिथे जिहड़े यात्री ने पहुंचे हुए ने उत्थे रहण लई भी लोगों के दिमाग के हुण यानी ना जिवें करोना झीठ होया होया सी तो हुण लोग भी यह सोचण लग गए यार जो हुंदा होई जाण दिओ भी असी हुण जो किन्ना चिर अंदर डके बैठे रहना यानी हुण थोड़ा थोड़ा स्टाइल जिहड़ा लॉकडाउन का बदलता जा रहा भी सानू इन्ना क बदलता जा रहा कि सानू यह नहीं पता लग रहा भी इस वेले जो फील करिए भी इस वेले तो कोई लॉकडाउन वाली गल ही नहीं लग रही जां कोई करोना वाली गल ही नहीं लग रही। परमात्मा सुख रखे जिस तरह पहला हसदे खेडते सी आपां उस तरह हसदे खेडते रहिए यही रीजन है कि मैं अपने पेज ते अपने इंस्टा ते भी समा बहुत आ हुण साडे कोल वेले बैठे हाँ लॉकडाउन के शूटिंगा नहीं चल रही बहुत घट चल रही ने ते अपने स्रोतियां दे फैनस दे जवाब दिंदे हाँ लोग हसदे आ कि भला सर तुहाडे कोल इन्ना टाइम आ ਤੁਸੀਂ ਸਾਡੇ ਕੱਲੇ ਕੱਲੇ ਦੇ ਜਿਹੜੇ ਕਮੈਂਟਸ ਦਿੰਦੇ ਹੋ ਉਹਦਾ ਜਵਾਬ ਦਿੰਦੇ ਹੋ ਬੜਾ ਮਜ਼ਾ ਆਉਂਦਾ ਜਦੋਂ ਤੁਹਾਨੂੰ ਕੋਈ ਐਪਰੀਸ਼ੀਏਟ ਵੀ ਕਰਦਾ ਤਾਂ ਤੁਹਾਡੇ 'ਚ ਕੋਈ ਨੁਕਸ ਵੀ ਕੱਢਦਾ ਤੁਹਾਨੂੰ ਕ੍ਰਿਟੀਸਾਈਜ਼ ਕਰਦਾ ਉਹ ਚੀਜ਼ਾਂ ਦੇਖਣ ਨੂੰ ਅੱਛੀਆਂ ਵੀ ਲੱਗਦੀਆਂ ਸੁਣਨ ਨੂੰ ਵੀ ਅੱਛੀਆਂ ਲੱਗਦੀਆਂ ਨੇ ਸੋ ਪਰਮਾਤਮਾ ਸੁੱਖ ਰੱਖੇ ਦੁਆਰਾ ਹੱਸਦੇ ਖੇਡਦੇ ਉਹੀ ਦਿਨ ਆ ਜਾਣ ਤਾਂ ਕਿ ਅਸੀਂ ਦਰਸ਼ਕਾਂ ਨੂੰ ਉਹੀ ਮੁੜ ਕੇ ਪੰਜਾਬੀ ਫਿਲਮਾਂ ਦੁਆਰਾ ਉਹਨਾਂ ਦੀ ਝੋਲੀ ਪਾਈਏ। ਬਿਲਕੁਲ ਭੱਲਾ ਸਾਹਿਬ ਬਹੁਤ ਤੁਹਾਡੇ ਉੱਦਮ ਨਿਗਰ ਤੇ ਸਲਾਹਣਯੋਗ ਹੁੰਦੇ ਆ ਆ ਜਿਹੜੀ ਤੁਸੀਂ ਗੱਲ ਕਹੀ ਆ ਨਾ ਜੀ ਕਿ ਹੁਣ ਇੱਕਦਮ ਫਿਰ ਪਹਾੜਾਂ ਦੇ ਵੱਲ ਲੋਕ ਵਹੀਰਾਂ ਘੱਟ ਗਏ ਆ ਮੈਂ ਅੱਜ ਹੀ ਪੜ੍ਹ ਕੇ ਹਟਿਆ ਵੀ ਪਹਿਲਾਂ ਲੋਕਾਂ ਨੂੰ ਹਸਪਤਾਲਾਂ ਵਿੱਚ ਬੈੱਡ ਨਹੀਂ ਸੀ ਮਿਲਦੇ ਹੁਣ ਡਲਹੌਜ਼ੀ ਤੇ ਇਹਦੇ ਹੋਟਲਾਂ 'ਚ ਬੈੱਡ ਨਹੀਂ ਮਿਲਦੇ ਬਸ ਇਹੀ ਫਰਕ ਇਹੀ ਫਰਕ ਹੈ ਕੋਈ ਚੱਕ ਨਹੀਂ ਇਹਦੇ ਵਿੱਚ। ਸ਼ਨਕਾਟਿਆਂ ਦੀ ਤੁਸੀਂ ਲੜੀ ਜਾਰੀ ਰੱਖੀ ਭੱਲਾ ਸਾਹਿਬ ਤੁਸੀਂ ਨੀਲੂ ਜੀ ਤੇ ਬਾਲਮੁਕੰਦ ਜੀ ਇਹ ਤਿੰਨਾਂ ਦੀ ਤਿੱਕੜੀ ਨੇ ਜਿਹੜੇ ਸ਼ਨਕਾਟੇ ਪੇਸ਼ ਕੀਤੇ ਉਹ ਪੰਜਾਬੀਆਂ ਨੂੰ ਜਵਾਨ ਰੱਖਦੇ ਆ ਅੱਜ ਵੀ ਮੇਰਾ ਖਿਆਲ ਆ ਵੀ ਤੁਹਾਡੇ ਸੁਣ ਸੁਣ ਕੇ ਸ਼ਨਕਾਟੇ ਬੱਚੇ ਜਵਾਨ ਹੋਏ ਤੇ ਜਵਾਨ ਅਧਖੜ ਹੋਏ ਤੇ ਅੱਜ ਵੀ ਇਹਨਾਂ ਸ਼ਨਕਾਟਿਆਂ ਦੀ ਕਦਰ ਆ ਤੇ ਫਿਰ ਸ਼ਨਕਾਟੇ ਵਿਚਾਲੇ ਜੇ ਕਰਨੇ ਬੰਦ ਕਰਤੇ ਉਹਦੇ ਪਿੱਛੇ ਵਜ੍ਹਾ ਕੀ ਹੈ? ਸਮੇਂ ਦੇ ਨਾਲ ਨਾਲ ਟੈਕਨੋਲੋਜੀ ਆਪਣੇ ਪੈਰ ਪਸਾਰਦੀ ਹੈ ਪੁਰਾਣੀ ਜਿਹੜੀ ਤਕਨੀਕ ਆ ਉਹ ਬੰਦ ਹੋ ਜਾਂਦੀ ਹੈ ਨਵੀਆਂ ਸ਼ੁਰੂ ਹੋ ਜਾਂਦੀਆਂ ਇੱਕ ਰਾਹ ਬੰਦ ਹੁੰਦਾ ਰੱਬ ਦੂਜੇ ਰਾਹ ਖੋਲ ਦਿੰਦਾ 22 ਸ਼ਨਕਾਟੇ ਕੱਢੇ ਪਰ ਜਦੋਂ 28ਵਾਂ ਕੱਢਣਾ ਸੀ ਪਹਿਲੀ ਵਾਰੀ ਸਾਨੂੰ ਇਹ ਮਹਿਸੂਸ ਹੋਇਆ ਕਿ ਜਿਵੇਂ ਅੱਗੇ ਸਾਡੇ ਪਿੱਛੇ ਪ੍ਰੋਡਿਊਸਰ ਦੀਆਂ ਲਾਈਨਾਂ ਹੁੰਦੀਆਂ ਸੀ ਕੰਪਨੀ ਵਾਲੀਆਂ ਦੀਆਂ ਅਸੀਂ ਕਰਨਾ ਅਸੀਂ ਆਹ ਕੰਪਨੀ ਨੇ ਕਰਨਾ ਆਹ ਕੰਪਨੀ ਨੇ ਕਰਨਾ ਜਦੋਂ 27ਵੇਂ ਸ਼ਨਕਾਟੇ ਤੇ ਸਾਨੂੰ ਥੋੜੀ ਜਿਹੀ ਐਫਰਟਸ ਕਰਨੀ ਪਈ ਆਪਣਾ ਸ਼ਨਕਾਟਾ ਤਿਆਰ ਕਰਕੇ ਅੱਗੋਂ ਵੇਚਣ ਲਈ 28ਵੇਂ ਤੱਕ ਫਿਰ ਸਾਨੂੰ ਅਹਿਸਾਸ ਹੋਇਆ ਕਿ ਇਸ ਵਾਰ ਜਿਹੜੇ ਲੋਕਾਂ ਕੋਲ ਜਿਹੜੇ VCR ਨੇ ਘਰਾਂ ਦੇ ਵਿੱਚ ਵੀਡੀਓ ਜਿਹਦੇ ਦੇਖਦੇ ਸੀ ਉਹ ਪੁਰਾਣੇ ਹੋ ਗਏ ਉਹ ਖਤਮ ਹੋ ਗਏ ਆਡੀਓ ਕੈਸਟਾਂ ਬੰਦ ਹੋ ਗਈਆਂ ਸੀਡੀਆਂ ਬੰਦ ਹੋ ਗਈਆਂ DVDs ਬੰਦ ਹੋ ਗਈਆਂ ਉਹਦਾ ਸਾਰਾ ਪੈਨ ਡਰਾਈਵ ਨੇ ਲੈ ਲਿਆ ਕੰਮ ਨੈਟ ਤੇ ਲੈ ਲਿਆ ਆਨਲਾਈਨ ਹੋ ਗਿਆ ਸਾਰਾ ਕੁਛ ਸੋ ਇਸ ਕਰਕੇ ਉਦੋਂ ਕੰਪਨੀਆਂ ਨੇ ਇਹ ਸੋਚਿਆ ਬਈ ਜੇ ਅਸੀਂ ਹੁਣ ਪੈਸਾ ਖਰਚ ਕੇ ਸ਼ਨਕਾਟਾ ਖਰੀਦਾਂਗੇ ਤਿਆਰ ਕਰਵਾਵਾਂਗੇ ਤੇ ਸੀਡੀਆਂ ਰਾਹੀਂ ਓਨੇ ਪੈਸੇ ਸਾਡੇ ਪੂਰੇ ਨਹੀਂ ਹੋਣੇ ਵੀ ਸਾਨੂੰ ਨੁਕਸਾਨ ਨਾ ਹੋਵੇ ਸੋ ਥੋੜ੍ਹੀ ਜਿਹੀ ਕੇਸਲ ਉਹ ਵੱਟ ਗਏ ਥੋੜ੍ਹੀ ਜਿਹੀ ਅਸੀਂ ਵੱਟ ਗਏ ਫਿਰ ਦੱਸਿਆ ਵੀ ਇੱਕ ਰਾਹ ਬੰਦ ਹੁੰਦਾ ਹੋਰ ਖੁੱਲ ਜਾਂਦੇ ਆ ਤੇ ਫਿਲਮਾਂ ਤੁਰ ਪਈਆਂ ਪੰਜਾਬੀ ਸੋ ਫਿਲਮਾਂ ਦੇ ਵਿੱਚ ਐਸਾ ਪਰਮਾਤਮਾ ਨੇ ਸਾਰਿਆਂ ਨੂੰ ਮੌਕਾ ਦਿੱਤਾ ਸਾਰੇ ਆਰਟਿਸਟਾਂ ਨੂੰ ਇੰਨਾ ਮੌਕਾ ਦਿੱਤਾ ਕਿ ਲੋਕ ਘਰ ਘਰ ਦੀ ਪਹਿਚਾਣ ਬਣ ਗਏ ਜਿੰਨੇ ਵੀ ਪੰਜਾਬੀ ਆਰਟਿਸਟ ਨੇ ਤੋ ਸ਼ਨਕਾਟੇ ਵੱਲ ਦੀ ਮੁੜ ਕੇ ਅਸੀਂ ਵੀ ਗੌਰ ਕੀਤਾ ਪਰ ਹੁਣ ਲਗਾਤਾਰ ਮੇਰੇ ਪੇਜ ਤੇ ਮੇਰੇ ਵਟਸਐਪ ਤੇ ਮੇਰੇ ਇੰਸਟਾ ਤੇ ਜੇ ਮੈਨੂੰ ਕੋਈ 10 ਮੈਸੇਜ ਆਉਂਦੇ ਆ ਉਹਨਾਂ ਵਿੱਚੋਂ 7 ਮੈਸੇਜ ਇਹ ਹੁੰਦੇ ਆ ਵੀ ਸ਼ਨਕਾਟਾ ਦੁਆਰਾ ਲੈ ਆਓ ਸ਼ਨਕਾਟਾ ਦੁਆਰਾ ਲੈ ਆਓ ਤਾਂ ਕਿ ਅਸੀਂ ਉਹੀ ਆਨੰਦ ਮਾਣ ਸਕੀਏ ਜਿਹੜੇ ਅਸੀਂ ਬਚਪਨ ਚ ਮਾਣਦੇ ਹੁੰਦੇ ਸੀ ਹੁਣ ਸਾਡੇ ਬੱਚੇ ਨੇ ਉਹਨਾਂ ਨੂੰ ਵੀ ਅਸੀਂ ਦੱਸੀਏ ਕਿ ਅਸੀਂ ਇਹਨੂੰ ਇੰਜੋਏ ਕਰਦੇ ਹੁੰਦੇ ਸੀ। ਬਿਲਕੁਲ ਸਹੀ ਗੱਲ ਆ ਸੋ ਜੇਕਰ ਭੱਲਾ ਸਾਹਿਬ ਥੋੜਾ ਜਿਹਾ ਚਾਚੇ ਚਤਰੇ ਦਾ ਰੰਗ ਪੇਸ਼ ਹੋ ਜੇ ਤਾਂ ਉਹਦੇ ਵਰਗੀ ਰੀਸ ਕੋਈ ਨਹੀਂ ਜਿਹੜੇ ਸਾਡੇ ਬਹੁਤ ਵੱਡੀ ਗਿਣਤੀ ਦੇ ਵਿੱਚ ਟੋਰਾਂਟੋ ਦੇ ਸਰੋਤੇ ਇਸ ਵਕਤ ਜੁੜੇ ਹੋਏ ਨਾਲ ਫਰੈਂਡ ਰੇਡੀਓ ਦੇ ਉਹ ਵੀ ਸਰਸ਼ਾਰ ਹੋ ਜਾਣਗੇ ਜੇਕਰ ਉਹ ਥੋੜਾ ਜਿਹਾ ਰੰਗ ਪੇਸ਼ ਹੋ ਜੇ। ਹੁਣ ਤਾਂ ਰੰਗ ਚਾਚੇ ਦਾ ਹੀ ਅਸੀਂ ਚਿੱਟੀ ਦਾੜੀ ਹੋ ਗਈ ਅੱਗੇ ਮੈਂ ਜਾਲੀ ਚਿੱਟੀ ਕਰਦਾ ਹੁੰਦਾ ਸੀ ਸ਼ਨਕਾਟੇ 'ਚ ਪਹਿਲਾਂ ਮੈਂ ਚਿੱਟੀ ਤਾਂ ਹੀ ਤਾਂ ਲੋਕ ਮੈਨੂੰ ਕਹਿੰਦੇ ਕਹਿੰਦੇ ਸਾਨੂੰ ਤਾਂ ਕੋਈ ਫਰਕ ਹੀ ਨਹੀਂ ਲੱਗ ਰਿਹਾ ਵੀ ਜਦੋਂ ਜਵਾਨ ਸੀ ਉਦੋਂ ਦਾੜੀ ਚਿੱਟੀ ਕਰਦੇ ਸੀ ਹੁਣ ਦਾੜੀ ਤੁਹਾਡੀ ਸੁੱਕਣਾ ਵੈਸੀ ਚਿੱਟੀ ਹੋ ਗਈ ਜਿਹੜੀਆਂ ਮੈਂ ਜੰਨਤ ਗੱਲਾਂ ਕਰਦੀਆਂ ਵੀ ਚਾਚੇ ਦਾ ਰੰਗ ਹੀ ਆ ਇਹਦੇ 'ਚ ਕੋਈ ਹੋਰ ਤਾਂ ਮੈਂ ਹੁਣ ਕੋਈ ਬਹੁਤਾ ਬਦਰੰਗ ਲੈ ਕੇ ਨਹੀਂ ਆ ਰਿਹਾ ਸੋ ਕੋਸ਼ਿਸ਼ ਕਰ ਰਿਹਾ ਕਿ ਅਸੀਂ ਸ਼ਨਕਾਟਾ ਦੁਬਾਰਾ ਅਸੀਂ ਕਿਸ ਫਾਰਮ ਤੇ ਲੈ ਕੇ ਆਈਏ ਜਿਹਦੇ ਵਿੱਚ ਅਸੀਂ ਚਾਹੇ ਉਹਨੂੰ ਕਹਿ ਲਓ ਚੈਟ ਸ਼ੋਅ ਕਹਿ ਲਓ ਤੁਸੀਂ ਜਾਂ ਕੋਈ ਵੈਬ ਸੀਰੀਜ਼ ਕਹਿ ਲਓ ਜਾਂ ਫਿਲਮ ਲਈ ਵੀ ਆਫਰਸ ਆਈਆਂ ਨੇ ਮੇਰੇ ਕੋਲ ਵੀ ਤੁਸੀਂ ਸ਼ਨਕਾਟੇ ਦੀ ਫਿਲਮ ਬਣਾ ਲਓ ਉਹਦੇ ਵਿੱਚ ਅਸੀਂ
जरूर यह जड़िया गल्लां बातां ने छणकाटे दियां। हालांकि लोग तो सानू जीवन यह भी कहते हैं चलो फिल्मा देखते हैं बई रोल ही डिफरेंट होंगे, कद जसविंदर भला ताया बन गया फिल्मा च, कदे प्यो बन गया हीरो हीरोइन का, कदे चाचा बन गया, है तो छिड़काटा ही आई गल बातें उही ने। तो हूँ भी उही गल बातें ने जिहड़ियां छिड़काटे चुंदियां सी, ओह उन्हां दा रूप रंग सामने थोड़ा जिहा चेंज हो गया, तो अदरवाइज है सारा कुछ उही। तो भला साहब जो तुहाड़ियां फिल्मां दे विच ना नाल दी नाल काफिया रला के गल करदे आ, गंदी लाद ना मजा ना स्वाद, एडवोकेट ढिलों ने काला कोट एवं नहीं पाया, हाँ रफू करा के पाया, दिता होवे किसी राइटर ने किसी प्रोड्यूसर ने भाजी ए बोल दो, मेनू एक दो फिल्म याद ने जिवें एक फिल्म आई सी ओनू भी मैं थोड़ा बहुत फिर अपने ढंग मोल्ड करना, जो माई सैल्फ पेंडू सी तकिया कलाम से कहना लाडली लात सोहनी जनानी बंदे तो की कुछ नहीं करवाई, बंदा इन्ना लाचार से मजबूर हो जाता घर वाली मूहरे भी अपनी औलाद के मूहरे भी। तो इस तरह के जो तकिया कलाम ने जो स्टोरी के नाल लिंक होके ज्वाइन होंगे ने तो वो एक स्टोरी का पार्ट लगते हैं। जे असी पुरानी फिल्मों को देख दिए कुछ और देख दिए भी धक्के हरेक गल के नाल ही तकिया कलाम बोल दिए जिथे ओदी लोड़ है या नहीं है, असी कोशिश करीदी आ भी साडी फिल्म दे विच मैक्सीमम 10 वारी जां कह लो भी मिनीमम 3-4 वारी इहदे इन बिटवीन तकिया कलाम रहे तां लोकां दे मूंह ओह चीज़ चढ़दी रहिंदी आ, उही रिपीट वैल्यू आ। सेम जिवें तुसीं एग्जाम्पल दित्ती एडवोकेट ढिल्लों ने काला कोट एवें नहीं पाया, ओहदे जिहड़े रिवर्स पंच सीगे ईवन ओह वी मैं लिख के बिनू जी नूं दिंदा सी कि बिनू जी वी जदों, हालांकि बिनू जी बहुत अच्छे एक्टर ने ते पर जदों मिलना टाइमिंग इन्नी अच्छी होंदी आ वी जदों मैं कोई पंच मारदा उस तों बाद उहदा रिवर्स काउंटर जिहड़ा हैगा ओह बोलदे ने, जिवें मैं कहा एडवोकेट ढिल्लों ने काला कोट एवें नहीं पाया, उहनां जिवें कच्छ कोल उधड़ी नहीं तां पाया। तो इदां दे जिहड़े सानूं रिवर्स काउंटर पंच मिलदे ने उहनां दी वैल्यू डबल हो जांदी आ, तां फिर उह चीज़ देखण नूं सुणन नूं ਗਾਹੇ ਵਗਾਹੇ ਯਾਦ ਆਉਂਦੀਆਂ ਰਹਿੰਦੀਆਂ ਨੇ ਗੱਲਾਂ। ਉਹ ਜਿੱਦਾਂ ਦੇ ਕੋਠੀ ਦੇ ਵਿੱਚ ਸਾਡੀ ਸ਼ੂਟਿੰਗ ਸੀ ਨਾ ਜਲੰਧਰ, ਉਹ ਉਹਨਾਂ ਦੇ ਮੈਨੂੰ ਫੋਨ ਆਉਂਦੇ ਹੁੰਦੇ ਆ, ਉਹ ਦੱਸਦੇ ਹੁੰਦੇ ਆ ਕਹਿੰਦਾ ਜੀ ਲੋਕ ਫਿਲਮ ਰਿਲੀਜ਼ ਹੋਣ ਤੋਂ ਬਾਅਦ ਜਦੋਂ ਪਤਾ ਲੱਗਿਆ ਵੀ ਇਸ ਕੋਠੀ 'ਚ ਸ਼ੂਟਿੰਗ ਹੋਈ ਆ ਤੇ ਲਗਾਤਾਰ ਸਾਲ ਡੇਢ ਸਾਲ ਲੋਕ ਕਹਿੰਦਾ ਸਾਡੇ ਘਰੇ ਆ ਕੇ ਘੋੜੀ ਦੇਖਣ ਆਉਂਦੇ ਸੀ, ਸਾਨੂੰ ਘੋੜੀ ਦਿਖਾਇਓ ਕਿੱਥੇ ਪਈ ਆ, ਉਸੇ ਸਟੋਰ 'ਚ ਪਈ ਹੁੰਦੀ ਸੀ। ਕਹਿੰਦਾ ਫਿਰ ਉਹਨੂੰ ਅਸੀਂ ਕੱਢ ਕੇ ਦਿਖਾਉਣੀ ਬਾਹਰ, ਭਰਾਵਾ ਇੱਥੇ ਦੇਖ ਲਓ ਐਡੀ ਰੂਕੜੀ ਚਾਹੀ ਕਿੱਥੇ ਸੀ ਬਾਹਰ, ਜਿਹੜੀ ਲੋਕਾਂ ਨੂੰ ਇੰਨਾ ਕ੍ਰੇਜ਼ ਤੇ ਇੰਨਾ ਪਿਆਰ ਹੋ ਗਿਆ ਸੀ ਉਸ ਘੋੜੀ। ਵਾਹ, ਤੇ ਇਹ ਤਾਂ ਘੋੜੀ ਅਮਰ ਹੋ ਗਈ ਜੀ, ਕਮਾਲ ਕਰਤੀ ਇਹ। ਹਾਂਜੀ ਹਾਂਜੀ ਤੇ ਭੱਲਾ ਸਾਹਿਬ ਵੈਸੇ ਨਾ ਹਾਸੇ ਦੀ ਮੰਡੀ ਦੇ ਵਿੱਚ ਬਹੁਤ ਸਾਰੀਆਂ ਸ਼ਖਸੀਅਤਾਂ ਵਿਚਰਦੀਆਂ, ਹਾਸੇ ਜ਼ਿੰਦਗੀ ਦੇ ਵਿੱਚੋਂ ਖੁਸਦੇ ਜਾ ਰਹੇ ਆ, ਹਾਸੇ ਕਾਰਨ ਨਹੀਂ ਲੱਭਦੇ ਗੇ ਹਰ ਬੰਦਾ ਬਚਪਨ ਤੋਂ ਲੈ ਕੇ। ਮੈਂ ਤਾਂ ਸੋਚਦਾ ਬੱਚੇ ਨੂੰ ਪੜ੍ਹਾਈ ਦਾ ਫਿਕਰ, ਜਵਾਨ ਨੂੰ ਨੌਕਰੀ ਦਾ ਫਿਕਰ, ਕਿਸੇ ਨੂੰ ਇਸ਼ਕ ਦਾ ਫਿਕਰ, ਬਜ਼ੁਰਗਾਂ ਨੂੰ ਰੋਟੀ ਦਾ ਫਿਕਰ, ਔਲਾਦ ਦਾ ਫਿਕਰ, ਸੋ ਇਹਨਾਂ ਫਿਕਰਾਂ ਦੇ ਵਿੱਚ ਲੋਕਾਂ ਨੂੰ ਹਸਾਉਣਾ ਕਿੰਨਾ ਕੁ ਔਖਾ ਕੰਮ ਮੰਨਦੇ ਤੁਸੀਂ? ਦੇਖੋ ਐਕਚੁਲੀ ਜਿਸ ਤਰ੍ਹਾਂ ਦਾ ਤੁਸੀਂ ਕੰਮ ਕਰਨ ਲੱਗ ਜਾਓ ਨਾ ਤੁਹਾਡੀ ਸੋਚ ਉੱਧਰ ਨੂੰ ਹੀ ਤੁਰੀ ਰਹਿੰਦੀ ਆ, ਹਰ ਗੱਲ ਦੇ ਵਿੱਚੋਂ ਤੁਸੀਂ ਸਟਾਇਰ ਲੱਭਦੇ ਹੋ, ਹਰ ਗੱਲ 'ਚੋਂ ਤੁਸੀਂ ਵਿੱਚ ਲੱਭਦੇ ਹੋ ਵੀ ਇਹਦੇ 'ਚ ਕੋਈ ਹੱਸੀ ਵਾਲੀ ਗੱਲ ਨਿਕਲੇ ਆਵੇ, ਕੁਛ ਹੋਰ ਨਿਕਲੇ ਆਵੇ। ਸੋ ਉਹ ਚੀਜ਼ਾਂ ਨੇ ਜਿਹੜੀਆਂ ਸਾਨੂੰ ਲੋਕਡਾਊਨ ਦੇ ਵਿੱਚ ਹੀ ਮਿਲਦੀਆਂ ਹੁੰਦੀਆਂ ਸੀਗੀਆਂ, ਅਤੇ ਉਹੀ ਹੁਣ ਨਿੱਕੀਆਂ ਨਿੱਕੀਆਂ ਗੱਲਾਂ ਨੇ ਜਿਵੇਂ ਇੱਕ ਲੋਕਡਾਊਨ ਦੇ ਵਿੱਚ ਅਸੀਂ ਕਲਿੱਪ ਬਣਾਇਆ ਵੀ ਉਹਨਾਂ ਦਿਨਾਂ ਦੇ ਵਿੱਚ ਸ਼ਿਵੀਰ ਲੱਗ ਰਹੀ ਸੀਗੀ ਅਤੇ ਮੇਰੀ ਵਾਈਫ ਮੇਰੇ ਬੇਟੇ ਨੂੰ ਆਵਾਜ਼ ਮਾਰਦੀ ਹੈ ਕਿ ਪੁਖਰਾਜ ਪਾਣੀ ਦਾ ਗਲਾਸ ਫੜਾਈ, ਉਹ ਹੁਣ ਸਿਰ 'ਤੇ ਪਟਕਾ ਬੰਨ ਰਿਹਾ ਅਤੇ ਨਾਲ ਕਹਿੰਦਾ ਮੰਮੀ ਆਪ ਚੱਕ ਕੇ ਪੀ ਲਾ, ਮੈਂ ਤਾਂ ਸ਼ਿਵੀਰ 'ਤੇ ਸੇਵਾ ਕਰਨ ਚੱਲੇ। ਫਿਰ ਪਿਓ ਆ ਕੇ ਮਾਂ ਨੂੰ ਸਮਝਾਉਂਦਾ, ਕਹਿੰਦਾ ਇੱਕ ਗੱਲ ਹਮੇਸ਼ਾ ਯਾਦ ਰੱਖੀ ਵੀ ਜਦੋਂ ਵੀ ਮਾਂ ਦੇ ਕੰਮ ਆਉਣਾ ਜਵਾਕਾਂ ਦੇ ਪਿਓ ਨੇ ਹੀ ਆਉਣਾ, ਵੀ ਜਵਾਕਾਂ ਤੋਂ ਐਕਸਪੈਕਟ ਨਾ ਕਰੋ ਵੀ ਸਾਨੂੰ ਕੁਝ ਦੇ ਦੇਣਗੇ ਘਰ। ਸੋ ਅਹੀਆਂ ਚੀਜ਼ਾਂ ਜਦੋਂ ਵਿੱਚ ਮੈਸੇਜ ਵੀ ਦਿੰਦੇ ਹਾਂ ਵੀ
दिखावे बाजी ची बाहर जाके शबील से सेवा कर सकते घरे प्यो नादे मां पानी का गिलास चक तो बाहर की सेवा का की फायदा जे असि यह कुछ करता करते नहीं फिर तो ड्रामेबाजी हो तो यह जो साहब ने विक ने यह ह्यूमर है यही घर चो पैदा होंगे हर एक फैमिली च पैदा होंगे उ जो असं सारे फिर कट्ठे बह के सुनते हैं तो उस चीज़ को असं इंजॉय कर ਪੱਲਾ ਸਾਹਿਬ ਅੰਦਾਜ਼ੇ ਦੇ ਮੁਤਾਬਕ ਹੁਣ ਤੱਕ ਤੁਹਾਡੀਆਂ ਕਿੰਨੀਆਂ ਕੁ ਫਿਲਮਾਂ ਆ ਗਈਆਂ ਹੋਣੀਆਂ ਇੱਕ ਗੈਸ ਸਰ ਜੀ ਮੈਂ 100 ਤੋਂ ਬਾਅਦ ਤਾਂ ਗਿਣਨੀਆਂ ਬੰਦ ਕਰਤੀਆਂ ਸੀਗੀਆਂ ਕਿਉਂਕਿ ਲਗਾਤਾਰ ਕਿਉਂਕਿ ਦੇਖੋ ਪਹਿਲੇ ਇਕੱਲੇ ਛਿਣਕਾਟੇ ਦੇਖੇ ਉਸ ਤਾਈ ਤਾਂ ਛਿਣਕਾਟੇ ਆ ਗਏ ਹਾਂ ਫਿਰ ਜਿਹੜੀਆਂ ਇੰਡੀਵਿਜੁਅਲ ਵੀਡੀਓ ਆਉਂਦੀਆਂ ਸੀ 15-20 ਉਹ ਆ ਗਈਆਂ ਉਸ ਤੋਂ ਬਾਅਦ ਸਭ ਤੋਂ ਪਹਿਲੀ ਫਿਲਮ ਸੀਗੀ ਜਸਪਾਲ ਪੱਟੀ ਜੀ ਨਾਲ ਮੈਂ ਕੀਤੀ ਸੀਗੀ ਮਾਹੌਲ ਠੀਕ ਹੈ ਫਿਰ ਹੋਰ ਫਿਲਮਾਂ ਜਿਸ ਤਰ੍ਹਾਂ ਪੁਰਾਣੀਆਂ ਹੋਈਆਂ ਪਈਆਂ ਸੀ ਬੰਦ ਹੋ ਗਈਆਂ ਸੀ ਫਿਰ ਉਹ ਵੀ ਬਾਅਦ ਚ ਰਿਲੀਜ਼ ਹੋਣੀਆਂ ਸ਼ੁਰੂ ਹੋ ਗਈਆਂ ਜਿਵੇਂ 16 ਸਾਲ ਸੀ ਫਿਲਮ ਔਰ ਇੱਕ ਫਿਲਮ ਬਦਲਾ ਸੀ ਤੋ ਇਸੇ ਤਰ੍ਹਾਂ ਉਸ ਤੋਂ ਬਾਅਦ ਜਦੋਂ ਦੁਬਾਰਾ ਕਹਿ ਸਕਦੇ ਹੋ ਤੁਸੀਂ ਵੀ ਪੰਜਾਬੀ ਫਿਲਮਾਂ ਨੇ ਰੰਗ ਫੜਿਆ ਭੱਟੀ ਸਾਹਿਬ ਦੀ ਫਿਲਮ ਜਿਸ ਤੋਂ ਆਪਣੇ ਗੁਰਦਾਸ ਮਾਨ ਜੀ ਦੀ ਸ਼ਹੀਦੇ ਮੁਹੱਬਤ ਬੂਟਾ ਸਿੰਘ ਸੋ ਇਹ ਫਿਲਮਾਂ ਤੋਂ ਬਾਅਦ ਫਿਰ ਮਨਮੋਹਨ ਜੀ ਹਰਭਜਨ ਮਾਨ ਜੀ ਨੂੰ ਲੈ ਕੇ ਫਿਲਮਾਂ ਲੈ ਕੇ ਆਏ ਜਿਹਨਾਂ ਦੇ ਵਿੱਚ ਆਪਣੇ ਜੀ ਆਇਆਂ ਨੂੰ ਦਿਲ ਆਪਣਾ ਪੰਜਾਬੀ ਸੋ ਇਹ ਜਿਹੜੀਆਂ 3-4 ਫਿਲਮਾਂ ਲੈ ਕੇ ਆਏ ਸੀ ਮਨ ਜੀ ਉਹਨਾਂ ਨੇ ਬਹੁਤ ਸਾਰੇ ਦਰਸ਼ਕ ਸਿਨੇਮੇ ਵੱਲ ਖਿੱਚੇ ਫਿਰ ਉਸ ਤੋਂ ਬਾਅਦ ਲਗਾਤਾਰ 1-2 ਸਾਲ ਗੈਪ ਪੈ ਗਿਆ ਫਿਰ ਫਿਲਮ ਮਨ ਜੀ ਨੇ ਇੱਕ ਕੀਤੀ ਸੀ ਮੁੰਡੇ ਕਮਾ ਆਪਣੇ UK ਦੇ ਉਹ ਵੀ ਫਿਲਮ ਬਹੁਤ ਅੱਛੀ ਗਈ ਸੀ ਫਿਰ ਜਦੋਂ ਕਹਿ ਸਕਦੇ ਹੋ ਰੈਵੋਲੂਸ਼ਨ ਆਇਆ ਸਾਡੀ ਪੰਜਾਬੀ ਫਿਲਮਾਂ ਦੇ ਵਿੱਚ ਦੈਟ ਵਾਜ ਵਿਦ ਦਾ ਫਿਲਮ ਮੇਲ ਕਰਾ ਦੇ ਰੱਬਾ ਫਿਰ ਫਿਲਮ ਆਈ ਉਸ ਤੋਂ ਬਾਅਦ ਜਿਹਨੇ ਮੇਰਾ ਦਿਲ ਜੁੱਟਿਆ ਦੋਨਾਂ ਫਿਲਮਾਂ ਨੇ ਇੰਨਾ ਬਿਜ਼ਨਸ ਕੀਤਾ ਤੇ ਲੋਕ ਕਹਿੰਦੇ ਸੀ ਹੁਣ ਇਸ ਤੋਂ ਉੱਪਰ ਹੋਰ ਪੈਸਾ ਕੀ ਇਕੱਠਾ ਕਰ ਲੈਣਗੇ ਪੰਜਾਬੀ ਫਿਲਮਾਂ ਵਾਲੇ ਵੀ ਇੰਨੀ ਫਿਲਮ ਤੇ ਜਦੋਂ ਫਿਲਮ ਆਈ ਫਿਰ ਜੱਟ ਐਂਡ ਜੂਲੀਅਟ ਉਹਨੇ ਤਾਂ ਰਿਕਾਰਡ ਹੀ ਤੋੜਤੇ ਉਸ ਫਿਲਮ ਨੇ ਤੇ ਉਹ ਫਿਲਮ ਜਦੋਂ ਦਲਜੀਤ ਦੀ ਦੇ ਆਈ ਤਾਂ ਕਹਿੰਦੇ ਸੀ ਇਸ ਤੋਂ ਉੱਪਰ ਕੋਈ ਫਿਲਮ ਹੀ ਨਹੀਂ ਆਈ ਇੰਨਾ ਉਹਨੇ ਬਿਜ਼ਨਸ ਕੀਤਾ ਫਿਲਮ ਦਾ ਤੇ ਜਿੱਦਣ ਫਿਲਮ ਦੀ ਪਾਰਟੀ ਸੀ ਤੇ ਮੈਂ ਉਸ ਦਿਨ ਪਾਰਟੀ ਚ ਇੰਨੀ ਗੱਲ ਕਹਿਤੀ ਸੀ ਮੈਂ ਕਿਹਾ ਲੋਕ ਇਹ ਫਿਲਮ ਦੇਖ ਕੇ ਖੁਸ਼ ਹੋ ਰਹੇ ਆ ਨਾ ਜੱਟ ਐਂਡ ਜੂਲੀਅਟ ਮੈਂ ਕਿਹਾ ਮਹੀਨਾ ਇੱਕ ਅੜਕ ਜਾਓ ਉਸ ਤੋਂ ਬਾਅਦ ਫਿਲਮ ਆਉਣੀ ਹੈ ਆਪਣਾ ਕੈਰੀ ਔਨ ਜੱਟਾ ਇਹ ਫਿਲਮ ਦੇ ਵਿੱਚ ਮੇਰੇ ਹਿਸਾਬ ਨਾਲ ਤੁਹਾਨੂੰ ਸਿਰਫ ਸਮਾਈਲ ਆਉਂਦੀ ਆ ਚਿਹਰੇ ਤੇ ਹਾਸਾ ਆਉਂਦਾ ਥੋੜਾ ਆਉਂਦਾ ਪਰ ਜਿੱਦਾਂ ਤੁਸੀਂ ਕੈਰੀ ਔਨ ਜੱਟਾ ਫਿਲਮ ਦੇਖ ਲਈ ਉਦੋਂ ਤੁਹਾਡੇ ਢਿੱਡੋਂ ਹਾਸਾ ਆਉਣਾ ਤੁਸੀਂ ਸੀਟਾਂ ਤੇ ਬੈਠ ਕੇ ਉੱਭਰਨਾ ਤੇ ਉਹੀ ਗੱਲ ਹੋਈ ਜਦੋਂ ਥੀਏਟਰ ਦੇ ਵਿੱਚ ਅਸੀਂ ਜਾ ਕੇ ਦੇਖਦੇ ਸੀ ਤੇ ਟੱਚ ਬੋਰਡ ਪਰਮਾਤਮਾ ਦੀ ਕਿਰਪਾ ਨਾਲ ਦੱਬ ਚੜਾ ਕੇ ਗੱਲ ਕਰਦੇ ਹਾਂ ਤੇ ਲੋਕ ਲਿਟਦੇ ਦੇਖੇ ਅਸੀਂ ਹਾਲ ਦੇ ਵਿੱਚ ਸੀਟਾਂ ਤੋਂ ਉੱਠ ਕੇ ਜਦੋਂ ਘੋੜੀ ਵਾਲੇ ਸੀਨਾਂ ਤੇ ਜਾਂ ਹੋਰ ਸੀਨਾਂ ਤੇ ਲੋਕਾਂ ਨੇ ਇੰਨਾ ਪਿਆਰ ਦਿੱਤਾ ਉਸ ਫਿਲਮ ਫਿਰ ਕੈਰੀ ਔਨ ਜੱਟਾ 2 ਆਈ ਬਹੁਤ ਦੇਰ ਬਾਅਦ ਤੇ ਫਿਰ 1984 ਆਈ ਯਾਨੀ ਫਿਰ ਬਿਜ਼ਨਸ ਫਿਲਮਾਂ ਬਹੁਤ ਕਰਦੀਆਂ ਰਹੀਆਂ ਕਿਸਮਤ ਫਿਲਮ ਆਈ ਯਾਨੀ ਉਸ ਤੋਂ ਬਾਅਦ ਤਾਂ ਫਿਰ ਕੋਈ ਤੱਕ ਟੁੱਟ ਗਿਆ ਜਿਵੇਂ ਕਹਿੰਦੇ ਹੁੰਦੇ ਨਾ ਵੀ ਬਾਹਰੋਂ ਲੋਕਾਂ ਤੋਂ ਰੈਵਨਿਊ ਇੰਨਾ ਇਕੱਠਾ ਹੋਣ ਲੱਗ ਗਿਆ ਪਰ ਜਿਵੇਂ ਕਹਿੰਦੇ ਆ ਵੀ ਬਾਅਦ ਚ ਨਜ਼ਰ ਹੀ ਲੱਗੀ ਇੱਕ ਵਾਰੀ ਜਦੋਂ ਲੋਕਡਾਊਨ ਸ਼ੁਰੂ ਹੋਏ ਕਰੋਨਾ ਨੇ ਤਾਂ ਯਾਨੀ ਸਭ ਤੋਂ ਵੱਧ ਕੋਈ ਵੱਡਾ ਨੁਕਸਾਨ ਕੀਤਾ ਤਾਂ ਸਾਡੀ ਇਸ ਫਿਲਮ ਇੰਡਸਟਰੀ ਦਾ ਕੀਤਾ ਤੇ ਦੇਖੋ ਇਸ ਵੇਲੇ ਮੇਰਾ ਖਿਆਲ 130 ਤੋਂ ਉੱਪਰ ਪੰਜਾਬੀ ਫਿਲਮਾਂ ਬਣੀਆਂ ਪਈਆਂ ਜਿਹੜੇ ਕਿ ਸਾਡੀ ਨੌਲੇਜ ਚ ਨਹੀਂ ਤੇ ਇਹਨਾਂ 100 ਦੇ ਵਿੱਚ ਭੱਲਾ ਸਰ ਤੁਹਾਡੀਆਂ ਕਿੰਨੀਆਂ ਹੋਣ ਅੰਦਾਜ਼ਾ ਜੀ ਇਹਨਾਂ ਦੇ ਵਿੱਚ ਸਾਡੀਆਂ ਵੀ ਹੋਣੀਆਂ ਹੀ ਨੇ ਮੇਰਾ ਖਿਆਲ ਕੋਈ 7-8 ਹੋਣੀ ਫਿਲਮਾਂ ਜਿਹਦੇ ਤੇ ਜਿਹੜੀਆਂ ਰਿਲੀਜ਼ ਹੋਣੀਆਂ ਪਈਆਂ ਨੇ ਜਿਵੇਂ ਡੈਡੀ ਕੋਲ ਮੁੰਡੇ ਫੋਨ ਪਾਰਟ 2 ਆ ਅੱਧ ਕੁ ਚੱਡੀ ਹੋਈ ਪਈ ਆ ਫਿਰ ਇੱਕ ਮੇਰੀ ਵਹੁਟੀ ਦਾ ਵਿਆਹ ਪੁਖਰਾਜ ਨੂੰ ਲੈ ਕੇ ਕੇਸੀ ਬਗਾੜੀਆ ਜੀ ਨੇ ਸ਼ੁਰੂ ਕੀਤੀ ਸੀ ਜਿੱਦਣ ਲੋਕਡਾਊਨ ਹੋਇਆ ਉਸ ਦਿਨ 10 ਦਿਨ ਹੋਈ ਸੀ ਸ਼ੂਟਿੰਗ ਨੂੰ ਉਹ ਬੰਦ ਪਈ ਆ ਫਿਰ ਰਿਲੀਜ਼ ਹੋਣੀ ਜਿਹੜੀ ਕੰਪਲੀਟ ਪਈਆਂ ਨੇ ਜਿਵੇਂ ਤੇਰੀਆਂ ਮੇਰੀਆਂ ਹੇਰਾ ਫੇਰੀਆਂ ਪੁਖਰਾਜ ਦੀ ਪਹਿਲੀ ਫਿਲਮ ਸੀ ਐਜ਼ ਅ ਹੀਰੋ ਉਹ ਹਜੇ ਰਿਲੀਜ਼ ਕਿੱਥੇ ਕਰੀਏ ਉਹ ਪਈ ਆ ਫਿਰ ਇੱਕ ਜਿੰਨੇ ਜੰਮੇ ਸਾਰੇ ਨਿਕੰਮੇ ਬਿਨੂ ਪੁਖਰਾਜ ਮੈਂ ਤਿੰਨਾਂ ਨੇ ਲੈ ਕੇ ਫਿਲਮ ਬਣਾਈ ਨਾਲ ਪਰਮਜੀਤ ਅਨਮੋਲ ਜੀ ਦਾ ਬੇਟਾ ਉਹ ਤਿਆਰ ਪਈ ਆ ਫਿਰ ਇੱਕ ਆਪਣੇ ਕੀ ਬਣੂ ਪੂਨੀਆ ਦਾ ਸਾਡੀ ਵੈਬ ਸੀਰੀਜ਼ ਉਹ ਤਿਆਰ ਪਈ ਆ ਉਹ ਇੱਕ ਫਿਲਮ ਕੀਤੀ ਵੀ ਆ ਦਿਲ ਹੋਣਾ ਚਾਹੀਦਾ ਜਵਾਨ ਉਹ ਕੰਪਲੀਟ ਹੋ ਪਈ ਆ ਫਿਰ 11 ਦੀਆਂ ਪੌਂ 12 ਉਹ ਫਿਲਮ ਕੰਪਲੀਟ ਹੋਈ ਪਈ ਆ ਸੋ ਹੋਰ ਵੀ ਮੇਰੇ 1-2 ਨਾਂ ਚੇਤੇ ਨੇ ਜਿਹੜੀਆਂ ਫਿਲਮਾਂ ਸਾਡੀਆਂ ਕੰਪਲੀਟ ਹੋਈਆਂ ਪਈਆਂ ਨੇ ਪਰ ਚਾਂਸ ਨੀ ਥੀਏਟਰ ਨੀ ਖੁੱਲੇ ਜੇ ਖੁੱਲਦੇ ਨੇ ਤਾਂ ਲੋਕ ਨੀ ਆਉਂਦੇ ਤੇ ਮੈਂ ਤਾਂ ਹੁਣ ਇਹੀ ਪਰਮਾਤਮਾ ਅੱਗੇ ਅਰਦਾਸ ਕਰ ਸਕਦਾ ਕਿ ਇੰਡਸਟਰੀ ਦਾ ਇੰਨਾ ਪੈਸਾ ਲੱਗਿਆ ਹੋਇਆ ਫਿਲਮਾਂ ਦੇ ਵਿੱਚ ਬਈ ਰੱਬ ਮੁੜ ਕੇ ਦੁਬਾਰਾ ਤੈਨੂੰ ਲੈ ਕੇ ਆਵੇ ਸਿਨੇਮਿਆਂ ਦੇ ਵਿੱਚ ਰੌਣਕਾਂ ਲੱਗਣ ਘਰ ਘਰ ਖੁਸ਼ੀਆਂ ਹੋਣ
ਸੋ ਜੋ ਵੀ ਹੋ ਗਿਆ ਹੁਣ ਇਹਨਾਂ ਪੀਰੀਅਡ ਦੇ ਦੌਰਾਨ ਲੋਕਾਂ ਨੂੰ ਅਸੀਂ ਬੈੱਡ ਤੇ ਬਹਿ ਕੇ ਟੀਵੀ ਦੇਖਣ ਦੀ ਆਦਤ ਪਾਤੀ ਹੈ, ਚਾਹੇ ਉਹ ਓਟੀਟੀ ਰਾਹੀਂ ਦੇਖਦੇ ਨੇ, ਚਾਹੇ ਉਹ ਆਪਣੇ ਕੋਈ ਟੀਵੀ ਸੀਰੀਅਲ ਦੇਖਦੇ ਨੇ ਜਾਂ ਪੁਰਾਣੀਆਂ ਫਿਲਮਾਂ ਦੇਖਦੇ ਨੇ, ਹੁਣ ਬੈੱਡ ਤੋਂ ਉਠਾ ਕੇ ਸਿਨੇਮੇ ਤੱਕ ਖਿੱਚ ਕੇ ਲਿਆਉਣਾ, ਇਹ ਤਾਂ ਪਰਮਾਤਮਾ ਹੀ ਜਾਣਦਾ ਵੀ ਕਿਵੇਂ ਆਉਣਗੇ ਲੋਕ, ਪਰ ਜੇ ਆ ਜਾਣ ਤਾਂ ਚੰਗੀ ਗੱਲ ਆ, ਜਿੰਨਾ ਪੈਸਾ ਇੰਡਸਟਰੀ ਦਾ ਲੱਗਿਆ ਤਾਂ ਥੋੜਾ ਬਾਹਰ ਆਵੇ, ਦੁਬਾਰਾ ਪ੍ਰੋਡਿਊਸਰ ਉੱਠਣ ਔਰ ਹੌਸਲਾ ਕਰਕੇ ਤੁਹਾਡੇ ਮਨੋਰੰਜਨ ਲਈ ਹੋਰ ਫਿਲਮਾਂ ਬਣਾਉਣ। ਭੱਲਾ ਸਾਹਿਬ, ਮੈਂ ਨਾ ਅਕਸਰ ਇਹ ਸੋਚਦਾ ਹੁੰਦਾ ਵੀ ਜਦੋਂ ਕਿਸੇ ਕਲਾਕਾਰ ਦੀਆਂ ਦੋ ਤਿੰਨ ਫਿਲਮਾਂ ਵੀ ਕਾਮਯਾਬ ਹੋ ਜਾਣ, ਉਹ ਫਿਰ ਸੋਚਦਾ ਵੀ ਪ੍ਰੋਡਿਊਸਰ ਆਪ ਬਣਦੇ ਆ ਯਾਰ, ਹੁਣ ਜਦੋਂ ਥੋੜੇ ਜਿਹੇ ਪੈਸੇ ਲੈ ਕੇ ਫਿਲਮ ਚ ਕੰਮ ਕਰਦੇ ਆ ਤੇ ਬਹੁਤੇ ਸਾਰੇ ਕਿਉਂ ਨਾ ਕਮਾਈਏ। ਤੁਸੀਂ ਨੀ ਕੋਈ ਸੋਚਿਆ ਸੀਗਾ ਵੀ ਭਾਈ ਆਪਾਂ ਜਦੋਂ ਹੁਣ ਚੱਲਦੇ ਕੰਮ ਦੇ ਵਿੱਚ ਆਪਦੇ ਪ੍ਰੋਡਕਸ਼ਨ ਦੇ ਹੇਠ ਫਿਲਮਾਂ ਬਣਾਉਂਦੇ ਆ, ਵੱਧ ਤੋਂ ਵੱਧ ਵੱਡੀਆਂ ਵੱਡੀਆਂ ਫਿਲਮਾਂ ਆਪ ਬਣਾਈਏ? ਦੇਖੋ ਇਹ ਸੋਚ ਵਾਕਈ ਜਿਹੜੇ ਸਾਡੇ ਸੋ ਕਾਲਡ ਬਿਗ ਸਟਾਰ ਨੇ ਪੰਜਾਬੀ ਫਿਲਮਾਂ ਦੇ ਕਹਿ ਲਓ, ਉਹਨਾਂ ਦੀ ਸੋਚ ਸੀ, ਇਹ ਸੋਚਦੇ ਸੀ ਵੀ ਅਸੀਂ ਪ੍ਰੋਡਿਊਸਰ ਨੂੰ ਪੈਸਾ ਕਿਉਂ ਕਮਾ ਕੇ ਦਈਏ, ਅਸੀਂ ਇੰਨੀ ਮਿਹਨਤ ਕਰਦੇ ਹਾਂ, ਜਦੋਂ ਸੁਣਦੇ ਹਾਂ ਵੀ ਅੱਛਾ ਇਸ ਫਿਲਮ ਨੇ ਵੀ 70 ਕਰੋੜ ਕਰ ਲਿਆ, ਇਸਨੇ 80 ਕਰੋੜ ਕਰ ਲਿਆ, ਇਸਨੇ 45 ਕਰੋੜ ਕਰ ਲਿਆ, ਤੇ ਫਿਰ ਹੀਰੋ ਸੋਚਦਾ ਵੀ ਅਸੀਂ ਕੀ ਲਿਆ ਵਿੱਚੋਂ, ਸਾਰੀ ਕਮਾਈ ਤਾਂ ਇਹ ਖਾ ਗਈ, ਮਲਾਈ ਮਲਾਈ ਤਾਂ ਇਹ ਖਾ ਗਈ। ਫਿਰ ਉਹ ਰਿਸਕ ਲੈ ਕੇ ਸ਼ੁਰੂ 2-4 ਨੇ ਕੀਤੀ, ਉਹ ਕਾਮਯਾਬ ਰਿਹਾ ਰਿਸਕ। ਫਿਰ ਉਹਨਾਂ ਦੀ ਦੇਖੋ ਦੇਖ ਸਾਰੇ ਜਿਹੜੇ ਹੀਰੋ ਨੇ ਜਿਹੜੇ ਮੋਦੀਆਂ ਕਤਾਰਾਂ ਚ ਨੇ, ਉਹਨਾਂ ਨੇ ਇਹ ਕੰਮ ਸ਼ੁਰੂ ਕਰ ਲਿਆ, ਆਪਣੇ ਆਪਣੇ ਪ੍ਰੋਡਕਸ਼ਨ ਹਾਊਸ ਖੋਲ ਲਏ ਸਭ ਨੇ। ਹਾਂ, ਜਿਸ ਤੱਕ ਮੇਰਾ ਸਵਾਲ ਆ ਕਿ ਮੈਂ ਕਿਉਂਕਿ ਪਹਿਲਾਂ ਜੋਬ ਕਰਦਾ ਸੀ, ਸੋ ਮੈਂ ਥੋੜਾ ਜਿਹਾ ਰਿਸਕ ਲਾਈਫ ਦੇ ਵਿੱਚ ਘੱਟ ਲੈਂਦਾ, ਕਿਉਂਕਿ ਮੈਨੂੰ ਤਾਂ ਸਮਝ ਲਓ ਤੁਸੀਂ 92 ਤੋਂ ਬੰਬੇ ਤੋਂ ਆਫਰ ਸੀ, ਜਦੋਂ ਮੈਂ ਇੱਕ ਪਹਿਲਾਂ ਫਿਲਮ ਕੀਤੀ ਸੀ ਵੀਡੀਓ, ਮੈਨੂੰ ਪੰਜਾਬੀ ਦਾ ਉਹਨਾਂ ਨੇ ਵੀਡੀਓ ਫਿਲਮ ਦੇ ਵਿੱਚ ਹੀਰੋ ਲਿਆ ਸੀ, ਬਾਕੀ ਬੰਬੇ ਦੇ ਸਾਰੇ ਕਾਮੇਡੀ ਸਟਾਰ ਸੀਗੇ, ਮਿੱਤਰ ਸਾਹਿਬ ਵੀ ਸੀਗੇ, ਹੋਰ ਸੀਗੇ। 92 ਫਿਲਮ ਆਈ ਸੀ ਸੌਰੀ ਸਰ, ਤੇ ਜਿਹੜੇ ਮੇਰੇ ਪੁਰਾਣੇ ਫੈਨਸ ਨੇ ਕੈਨੇਡਾ ਅਮਰੀਕਾ ਦੇ, ਇੱਥੇ ਫਿਲਮ ਬਹੁਤ ਸੁਪਰਹਿਟ ਹੋਈ ਸੀ, ਉਸ ਵੇਲੇ ਮੋਹਨ ਭਾਸੜੀ ਜੀ ਦੇ ਮੈਨੂੰ ਸੁਨੇਹੇ ਆਉਂਦੇ ਸੀ ਕਿ ਜਸਵਿੰਦਰ ਤੂੰ ਕੀ ਕਰਦਾ ਇੱਥੇ ਬੈਠਾ, ਤੂੰ ਨੌਕਰੀ ਨੂੰ ਚਿੰਬੜਿਆ ਹੋਇਆ, ਪ੍ਰੋਫੈਸਰ ਲੱਗਿਆ ਹੋਇਆ, ਇੱਥੇ ਮਾੜੇ ਤੋਂ ਮਾੜਾ ਆਰਟਿਸਟ ਆ ਜਿਹੜਾ ਉਹ ਅਸਟੀਮ ਕਾਰ, ਉਸ ਵੇਲੇ ਬਹੁਤ ਨਵੀਂ ਨਵੀਂ ਆਈ ਸੀਗੀ, ਉਹਦੇ ਕੋਲ ਅਸਟੀਮ ਕਾਰ ਜਿਹੜੇ ਇੱਥੇ ਸਾਡੇ ਫਿਲਮਕਾਰ ਨੇ ਦਿੰਦੇ, ਤੂੰ ਕਿਉਂ ਨੀ ਆਉਂਦਾ? ਮੈਂ ਮਜ਼ਾਕ ਕਰਨ ਲੱਗ ਗਿਆ, ਮੈਂ ਕਿਹਾ ਜੀ ਮੈਨੂੰ ਰੱਬ ਨੇ ਇੱਥੇ ਹੀ ਹੌਂਡਾ ਦਿੱਤੀ, ਪੰਜਾਬ ਦੇ ਵਿੱਚ ਹੀ, ਨਾਲ ਹੀ ਨਾਲ ਮੈਂ ਕਿਸਾਨੀ ਦੀ ਸੇਵਾ ਕਰਦਾ, ਨੌਕਰੀ ਦੇ ਵਿੱਚ ਆ ਤੇ ਕਿਸਾਨ ਮੇਲਿਆਂ ਤੇ ਉਹਨਾਂ ਦੀ ਸੇਵਾ ਕਰਦਾ, ਕੈਂਪ ਲਾਉਣਾ ਹੋਰ ਕਰਦਾ, ਜਿੰਨਾ ਮੇਰੇ ਕੋਲ ਟਾਈਮ ਬਚਦਾ ਮੈਂ ਬਾਹਰ ਫੋਰਨ ਦੀ ਜਿਹੜੇ ਲਾ ਲੈਂਦਾ ਉੱਥੇ ਵੀ ਸ਼ੋਅ ਕਰ ਲੈਂਦਾ, ਤੇ ਹੋਰ ਇੱਕ ਥੋੜਾ ਜਿਹਾ ਮੈਂ ਕੰਫਰਟ ਜ਼ੋਨ ਦੇ ਵਿੱਚ ਰਹਿਣਾ ਜ਼ਿਆਦਾ ਪਸੰਦ ਕਰਦਾ ਸੀ, ਘਰਦਿਆਂ ਦਾ ਇਕੱਲਾ ਇਕੱਲਾ ਬੇਟਾ ਹੋਣ ਕਰਕੇ ਵੀ ਨਹੀਂ ਕਰਦੇ ਸੀ, ਕਹਿੰਦੇ ਸੀ ਨਹੀਂ ਕਿਤੇ ਜਾਣਾ ਬਾਹਰ, ਇੱਥੇ ਰਹਿਣਾ, ਜਿੰਨਾ ਕੁ ਪਰਮਾਤਮਾ ਨੇ ਦਿੱਤਾ ਉਹਨੇ ਹੀ ਸਬਰ ਕਰੋ, ਉਹਦੇ ਚ ਹੀ ਆਪਣੀ ਸੇਵਾ ਕਰੀ ਚਾਹੀਦੀ ਨਹੀਂ ਕਰਨੀ ਹੈ। ਪਰ ਰੱਬ ਨੇ ਵੀ ਕੁਛ ਨਹੀਂ ਲੁਕੋਇਆ, ਕਿਉਂਕਿ ਜੇ ਮੈਂ ਚਾਹੁੰਦਾ ਉਹਨਾਂ ਦਿਨਾਂ ਚ ਮੈਂ ਜੋਬ ਛੱਡ ਸਕਦਾ ਸੀ, ਫਿਰ ਵੀ ਉਸੇ ਲਾਈਨ ਚ ਆ ਸਕਦਾ ਸੀ, ਹਾਲਾਂਕਿ ਉਹਨਾਂ ਚ ਸਾਡੀਆਂ ਫਿਲਮਾਂ ਹਿੱਟ ਵੀ ਹੁੰਦੀਆਂ ਸੀ ਉਹਨਾਂ ਦਿਨਾਂ ਚ ਬਹੁਤ, ਤੇ ਪਰ ਮੈਂ ਰਿਸਕ ਨਹੀਂ ਲੈਣਾ ਚਾਹਿਆ ਵੀ ਅੱਜ ਫਿਲਮਾਂ ਚੱਲਦੀਆਂ ਨੇ ਕੱਲ ਨੂੰ ਬੰਦ ਨੇ ਫਿਰ ਕੀ ਕਰਾਂਗੇ, ਆਹ ਸੋਚ ਨੇ ਕੋਈ ਬਹੁਤਾ ਵੱਡਾ ਸਟੈਪ ਲੈਣ ਲਈ ਸਾਨੂੰ ਪ੍ਰੇਰਿਆ ਨਹੀਂ ਹੈਗਾ। ਹੁਣ ਦੇਖੋ ਜਿਵੇਂ ਹੁਣ ਪਤਾ ਸੀ ਕਿਸੇ ਨੂੰ ਕਰੋਨਾ ਨੇ ਆ ਜਾਣਾ, ਹੁਣ ਬੈਠੇ ਹਾਂ 2 ਸਾਲ ਦੇ ਬੈਠੇ ਹਾਂ, ਫਿਲਮਾਂ ਬਣੀਆਂ ਪਈਆਂ ਰਿਲੀਜ਼ ਨਹੀਂ ਹੋ ਰਹੀਆਂ, ਨਵੀਆਂ ਦੇ ਵਿੱਚ ਪ੍ਰੋਡਿਊਸਰ ਪੈਸੇ ਨਹੀਂ ਲਾ ਰਹੇ, ਅਗਲਾ ਕਹਿੰਦਾ ਵੀ ਮੈਂ ਹੋਰ ਪੈਸੇ ਪਸਾ ਲਵਾਂ, ਪਤਾ ਨਹੀਂ ਕਦੋਂ ਸ਼ੁਰੂ ਹੋਣੀਆਂ ਨੇ ਫਿਲਮਾਂ, ਸੋ ਇਹ ਚੀਜ਼ਾਂ ਕਰਕੇ ਕਰਨ ਨੂੰ ਕਰ ਸਕਦੇ ਸੀ, ਪਰ ਮੈਂ ਮੁਨਾਸਿਬ ਨਹੀਂ ਸਮਝਿਆ ਵੀ ਚਲੋ ਜਿੰਨੀ ਮਿਹਨਤ ਕਰਦੇ ਹਾਂ, ਜਿੰਨਾ ਕੰਮ ਕਰਦੇ ਹਾਂ, ਆਪਣੇ ਜਾਣੀ ਵਧੀਆ ਕਰਦੇ ਹਾਂ, ਆਪਣੇ ਜਾਣੀ ਕੋਸ਼ਿਸ਼ ਕਰਦੇ ਹਾਂ, ਜਿਵੇਂ ਛਣਕਾਟੇ ਦੀ ਸਕ੍ਰਿਪਟ ਆਪ ਲਿਖਦੇ ਸੀ, ਇਹਦੇ ਵਿੱਚ ਵੀ ਆਪਣੇ ਰੋਲ ਵੀ ਆਪ ਲਿਖ ਕੇ ਸੁਧਾਰ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਦਰਸ਼ਕ ਤਿਆਰ ਕਰਦੇ ਹਾਂ, ਸਰੋਤੇ ਤਿਆਰ ਕਰਦੇ ਹਾਂ, ਸੋ ਇਹਨੇ ਚ ਤਸੱਲੀ ਹੈ ਤੇ ਪਰਮਾਤਮਾ ਦਾ ਥੈਂਕਸ ਕਰਦੇ ਹਾਂ ਤੇ ਆਪਣੇ ਫੈਨਸ ਦਾ ਥੈਂਕਸ ਕਰਦੇ ਹਾਂ। ਭੱਲਾ ਸਾਹਿਬ, ਮੈਨੂੰ ਨਾ ਕੱਲ ਟੋਰਾਂਟੋ ਦੇ ਇੱਕ ਸਰੋਤੇ ਨੇ, ਫ੍ਰੈਂਡ ਰੇਡੀਓ ਦੇ ਸਰੋਤੇ ਨੇ ਫੋਨ ਕੀਤਾ, ਉਹ ਕਹਿੰਦੇ ਵੀ ਜਦੋਂ ਤੁਸੀਂ ਭੱਲਾ ਸਾਹਿਬ ਦੀ ਮੁਲਾਕਾਤ ਕਰਨੀ ਹੈ ਨਾ, ਇਹ ਜ਼ਰੂਰ ਪੁੱਛੋ ਵੀ ਜਿਵੇਂ ਉਹ ਫਿਲਮਾਂ ਦੇ ਵਿੱਚ ਹਾਸਾ ਕਢਾਉਂਦੇ ਸਾਡਾ, ਘਰੇ ਉਹਨਾਂ ਹੱਸਦੇ ਆ ਜਿਵੇਂ ਆਮ ਤੌਰ ਦੇ ਉੱਤੇ ਘਰੇ ਜਾ ਕੇ ਬੰਦਾ ਚੁੱਪ ਕੀਤਾ ਜਾ ਰਹਿੰਦਾ, ਵਹੁਟੀ ਦੇ ਬੁਰੇ ਜ਼ੋਰ ਨਹੀਂ ਚੱਲਦਾ, ਇਹ ਹਾਸਰਸ ਕਲਾਕਾਰਾਂ ਦਾ ਵੀ ਏਦਾਂ ਹੁੰਦਾ ਜਾਂ ਗੱਲ ਵੱਖਰੀ ਹੁੰਦੀ ਹੈ? ਇਹ ਤਾਂ ਜੀ ਹੁਣ ਵਹੁਟੀ ਇਹ ਦੱਸ ਸਕਦੀ ਆ, ਪਰ ਕੋਸ਼ਿਸ਼ ਤਾਂ ਆਪਣੀ ਪੂਰੀ ਕਰੀਦੀ ਆ ਵੀ ਘਰੇ ਵੀ ਖੁਸ਼ ਰਹੀਏ, ਕਿਉਂਕਿ ਘਰ ਦੇ ਵਿੱਚ ਵੀ ਜਦੋਂ ਆਪਾਂ ਕਿਤੇ ਕੰਮ ਕਰਦੇ ਹਾਂ, ਬਹੁਤ ਸਾਰੇ ਲੋਕ ਪੁੱਛਦੇ ਆ ਇਹ ਗੱਲ ਜਿਵੇਂ ਤੁਸੀਂ ਅੱਜ ਪੁੱਛਿਆ ਵੀ ਤੁਸੀਂ ਘਰੇ ਵੀ ਏਦਾਂ ਹਸਾਉਂਦੇ ਰਹਿੰਦੇ ਹੋ, ਮੈਂ ਕਿਹਾ ਹੁਣ ਸਾਰਾ ਵਕਤ ਤਾਂ ਨੀ ਵੀ ਆਪਾਂ ਹੜ ਕਰੀ ਜਾਈਏ ਹੱਸੀ ਜਾਈਏ, ਕੋਈ ਸੰਜੀਦਾ ਗੱਲ ਕਰਨੀ ਆ, ਕੋਈ ਘਰੇ ਰਿਸ਼ਤੇਦਾਰ ਆਉਂਦਾ ਉਹਦੇ ਨਾਲ ਬੈਠ ਕੇ ਆਉਂਦੀ ਚੁਟਕਲੇ ਸੁਣਾਉਣ ਲੱਗੀ, ਇੱਕ ਚਾਹ ਪਾਣੀ ਨੀ ਪਿਲਾਉਣਾ ਉਹਨਾਂ ਨੂੰ, ਜਿੱਥੇ ਲੋੜ ਹੁੰਦੀ ਆ ਉੱਥੇ ਤਾਂ ਕਰਨਾ ਹੀ ਕਰਨਾ, ਤੇ ਪਰ ਇੰਨਾ ਕੁ ਜ਼ਰੂਰ ਹੁੰਦਾ ਕਿ ਬੰਦੇ ਦਾ ਜਿਹੜਾ ਸੁਭਾਅ ਜਿਹੜਾ ਹੁੰਦਾ ਉਹ ਬਹੁਤਾ ਚਿਰ ਆਰਟੀਫਿਸ਼ੀਅਲ ਤਰੀਕੇ ਨਾਲ ਉਹਦੇ ਵਿੱਚ ਮੋਲਡ ਨਹੀਂ ਕਰ ਸਕਦਾ, ਉਹਨੂੰ ਮੋੜ ਨਹੀਂ ਲਿਆ ਸਕਦਾ, ਉਹਦੇ ਵਿੱਚ ਉਹ ਨਿਕਲ ਕੇ ਬਾਹਰ ਆਉਣਾ ਹੀ ਆਉਣਾ,
ਜਿਵੇਂ ਗੱਲਾਂ ਚੱਲਦੀਆਂ ਚੱਲਦੀਆਂ ਦੇ ਵਿੱਚ ਕੋਈ ਨਾ ਕੋਈ ਪੰਚ ਆ ਹੀ ਜਾਣਾ ਵਿੱਚ ਗੱਲ ਕਰਦਿਆਂ ਨੂੰ, ਸੋ ਇਸ ਕਰਕੇ ਉਹ ਤੋਂ ਫਿਰ ਹਾਸਾ ਪੈ ਜਾਂਦਾ, ਉਹ ਫਿਰ ਲੱਗ ਜਾਂਦਾ, ਫਿਰ ਕਈ ਵਾਰੀ ਕਹਿ ਦੇ ਯਾਰ ਰੌਣਕ ਲੱਗ ਜਾਂਦੀ ਹੈ ਤੇਰੇ ਕੋਲ, ਤੂੰ ਆਉਂਦਾ ਤੂੰ ਹਾਸਾ ਆ ਜਾਂਦਾ ਸਾਨੂੰ ਆਹ ਗੱਲ ਕਰ ਲੈਂਦਾ, ਸੋ ਉਹ ਫਿਰ ਜਦ ਜਿਹੜੀ ਨੇਚਰ ਹੁੰਦੀ ਆ ਉਹ ਤਾਂ ਫਿਰ ਤੁਹਾਨੂੰ ਮਜਬੂਰ ਕਰਦੀ ਰਹਿੰਦੀ ਹੈ ਨਾ ਕੁਛ ਆਉਂਦੇ ਰਹੋ ਗੱਲਬਾਤ ਬਿਲਕੁਲ ਹਸਾਉਂਦੇ ਵੀ ਚਾਹੀਦਾ, ਗੱਲ ਸੀਰੀਅਸ ਵੀ ਕਰਦੇ ਰਹੀਦਾ, ਕਿਉਂਕਿ ਹਸਾਉਣ ਲਈ ਤਾਂ ਭਾਜੀ ਫਿਲਮਾਂ ਪਈਆਂ, ਸਾਰਾ ਨੈੱਟ ਭਰਿਆ ਪਿਆ, ਸਾਰਾ ਛਣਕਾਟੇ ਪਏ ਨੇ, ਜਿਹੜੀਆਂ ਕਲਿੱਪਾਂ ਪਾਉਂਦੇ ਆ ਉਹ ਪਈਆਂ ਨੇ, ਪਰ ਜਦੋਂ ਕਿਤੇ ਗੱਲਬਾਤ ਕਰਦੇ ਹਾਂ ਆਪਾਂ, ਜਿਵੇਂ ਹੁਣ ਤੁਸੀਂ ਮੇਰੇ ਨਾਲ ਗੱਲ ਕਰਦੇ ਹੋ, ਜਿੱਦਾਂ ਗੱਲਾਂ ਕਰਦੇ ਹੋ, ਇੰਡਸਟਰੀ ਬਾਰੇ ਗੱਲ ਕਰ ਰਹੇ ਹੋ, ਮੇਰੇ ਬਾਰੇ ਗੱਲ ਕਰਦੇ ਹੋ, ਪਰਸਨਲ ਕਰ ਰਹੇ ਹੋ, ਲੋਕਾਂ ਦੀ ਗੱਲ ਕਰ ਰਹੇ ਹੋ, ਕਰੋਨਾ ਦੀ ਗੱਲ ਕਰ ਰਹੇ ਹੋ, ਸੋ ਉੱਥੇ ਤਾਂ ਉਹੀ ਚੀਜ਼ਾਂ ਚੰਗੀਆਂ ਲੱਗਦੀਆਂ ਨੇ ਨਾ। ਉਹ ਕਹਿੰਦੇ ਨਾ ਵੀ ਇੱਕ ਵਾਰੀ ਮੁਹੰਮਦ ਸਦੀਕ ਨੂੰ ਕੋਈ ਸਰੋਤਾ ਮਿਲਿਆ ਏਅਰਪੋਰਟ ਤੇ, ਉਹ ਕਹਿੰਦੇ ਵੀ ਇੱਕ ਗਾਣਾ ਹੀ ਸੁਣਾ ਦਿਓ, ਤੁਹਾਡੇ ਬੜੇ ਵੱਡੇ ਫੈਨ ਸਦੀਕ ਸਾਹਿਬ, ਭੜ ਮੈਂ ਰੇਡੀਓ ਆ ਜਿੱਥੇ ਮਰਜ਼ੀ ਲਾ ਲਓ, ਕਰਮਜੀਤ ਬੋਲ ਜੀ ਨੇ ਬਹੁਤ ਥੋੜੀ ਗੱਲ ਸੁਣਾਈ ਸੀ ਸਦੀਕ ਸਾਹਿਬ ਦੀ, ਕਹਿੰਦੇ ਸਦੀਕ ਸਾਹਿਬ ਕਾਲਾ ਲਾਉਣ ਗਏ ਪਿੰਡ ਚ, ਤੇ ਉੱਥੇ ਕਿਸੇ ਨੇ ਕਿਹਾ ਵੀ ਸਦੀਕ ਸਾਹਿਬ ਸਾਰੇ ਆਰਟਿਸਟ ਜਿਹੜੇ ਅੱਜ ਕੱਲ ਦੇ ਨੇ, ਕੋਈ ਮਰਸੀਡੀਜ਼ ਚੱਕੀ ਫਿਰਦਾ, ਕੋਈ BMW ਤੇ ਆਉਂਦਾ, ਰੇਂਜ ਰੋਵਰ ਤੇ ਆਉਂਦਾ, ਕੋਈ ਕਿਸੇ ਕਾਰ ਤੇ ਆਉਂਦਾ, ਵੀ ਤੁਸੀਂ ਜਦੋਂ ਤੋਂ ਸ਼ੁਰੂ ਕੀਤਾ ਉਦੋਂ ਵੀ ਤੁਹਾਡੇ ਕੋਲ ਇਨਵੈਸਟਰ ਸੀ, ਤੇ ਹੁਣ ਵੀ ਤੁਹਾਡੇ ਕੋਲ ਇਨਵੈਸਟਰ ਆ, ਤੁਸੀਂ ਗੱਡੀ ਕਿਉਂ ਨਹੀਂ ਬਦਲਦੇ? ਤੇ ਕਹਿੰਦਾ ਫਿਰ ਸਦੀਕ ਸਾਹਿਬ ਕਹਿੰਦੇ ਗੱਲ ਇਹ ਹੈ ਕਿ ਮੈਂ ਇੱਕ ਵਾਰੀ ਟੋਇਟਾ ਦੀ ਉਹ ਗੱਡੀ ਲੈ ਗਿਆ ਸੀਗਾ, ਜਿਹੜੀ ਵੱਡੀ ਆ ਮਹਿੰਗੀ ਸਾਰੀ, ਕਹਿੰਦਾ ਉੱਥੇ ਵੀ ਕਹਿੰਦਾ ਫਿਰ ਮੈਨੂੰ ਹੀ ਗਾਉਣਾ ਪਿਆ, ਗੱਡੀ ਨੀ ਗਾਉਣਾ, ਗਾਉਣ ਮੈਨੂੰ ਪਿਆ। ਬਿਲਕੁਲ ਸਹੀ ਗੱਲ ਆ, ਸਦੀਕ ਸਾਹਿਬ ਦੀਆਂ ਗੱਲਾਂ ਵੀ ਬਹੁਤ ਅੱਛੀਆਂ ਆਉਂਦੀਆਂ ਨੇ ਜਦੋਂ ਸੁਣਾਉਂਦੇ ਆ ਉਹ, ਬਾਕੀ ਚਿੰਦਾ ਭਾਜੀ ਹੋਏ, ਸਦੀਕ ਸਾਹਿਬ ਹੋਏ, ਮਾਨਕ ਸਾਹਿਬ ਹੋਏ, ਇਹ ਤੇ ਸਾਡੇ ਇੱਕ ਕਹਿ ਲਓ ਸਦੀ ਦੇ ਕਹਿ ਲਓ ਐਸੇ ਮਹਾਨਾਇਕ ਨੇ ਜਿਹਨਾਂ ਨੂੰ ਲੋਕੀ ਹੁਣ ਤੱਕ ਯਾਦ ਕਰਦੇ ਨੇ, ਉਹਨਾਂ ਦੀਆਂ ਕਲੀਆਂ ਯਾਦ ਕਰਦੇ ਨੇ, ਗੀਤ ਯਾਦ ਕਰਦੇ ਨੇ, ਪਰਮਾਤਮਾ ਲੰਮੀ ਉਮਰ ਕਰੇ ਇਹਨਾਂ ਦੀ। ਪੱਲਾ ਸਾਹਿਬ, ਜਾਣੇ ਜਾਂਦੇ ਜਿਹੜੇ ਸਾਡੇ ਸਰੋਤੇ ਨੇ ਇਸ ਵਕਤ ਤੁਹਾਨੂੰ ਬਹੁਤ ਵੱਡੀ ਗਿਣਤੀ ਚ ਫਰੈਂਡ ਰੇਡੀਓ ਤੋਂ ਸੁਣ ਰਹੇ, ਉਹਨਾਂ ਨੂੰ ਕੀ ਸੁਨੇਹਾ ਲੈਣਾ ਚਾਹੋਗੇ? ਕਿਉਂਕਿ ਪੰਜਾਬ ਦੇ ਵਿੱਚ ਕਿਸਾਨ ਸੰਘਰਸ਼ ਵੀ ਸਿਖਰ ਦੇ ਉੱਤੇ ਆ, ਬਾਰਡਰਾਂ ਦੇ ਉੱਤੇ ਹੋਰ ਵੀ ਬਹੁਤ ਸਾਰੇ ਮਸਲੇ ਦਰਪੇਸ਼ ਆ, ਉਹਨਾਂ ਵੀ ਸਿਰ ਦੇ ਉੱਤੇ ਆ, ਤੁਹਾਡੇ ਨਾਲ ਰਾਜਨੀਤਿਕ ਪਾਰਟੀਆਂ ਸਮੇਂ ਸਮੇਂ ਦੇ ਉੱਤੇ ਸੰਬੰਧ ਵੀ ਕਰਦੀਆਂ, ਸੰਪਰਕ ਵੀ ਕਰਦੀਆਂ, ਕਹਿਣ ਦਾ ਭਾਵ ਵੀ ਸਾਡੇ ਵੱਲ ਆ ਜਾਓ, ਸਾਡੇ ਵੱਲ ਆ ਜਾਓ, ਕਹਿਣਾ ਕੀ ਚਾਹੋਗੇ ਜਾਂਦੇ ਜਾਂਦੇ? ਮੈਂ ਚੰਨ ਸਾਹਿਬ ਬਸ ਇਹੀ ਕਹਿਣਾ ਚਾਹੂੰਗਾ, ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਕਲਾਕਾਰ ਭਾਈਚਾਰੇ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੂੰਗਾ, ਜਿਨ੍ਹਾਂ ਨੇ ਸਾਡੀ ਕਿਸਾਨੀ ਸੰਘਰਸ਼ ਦੇ ਵਿੱਚ ਜੀ ਜਾਨ ਨਾਲ ਮਦਦ ਕੀਤੀ, ਔਰ ਮੇਰਾ ਖਿਆਲ ਐਸਾ ਕੋਈ ਕਲਾਕਾਰ ਨਹੀਂ ਜਿਹੜਾ ਦੋ ਦੋ ਤਿੰਨ ਤਿੰਨ ਵਾਰੀ, ਚਾਹੇ ਸਿੰਘੂ ਬਾਰਡਰ ਆ, ਚਾਹੇ ਟਿਕਰੀ ਬਾਰਡਰ ਆ, ਗਾਜ਼ੀਪੁਰ ਆ, ਜਿੱਥੇ ਨਾ ਜਾ ਕੇ ਆਇਆ ਹੋਵੇ, ਯੋਗਦਾਨ ਨਾ ਪਾਇਆ ਹੋਵੇ, ਔਰ ਇਸ ਗੱਲ ਨੂੰ ਸਾਰੇ ਸਾਡੇ ਕਿਸਾਨ ਵੀਰ ਵੀ ਮੰਨਦੇ ਨੇ ਵੀ ਜਦੋਂ ਉਹ ਇਹ ਸਾਰੇ ਕਲਾਕਾਰ ਉਹਨਾਂ ਦੇ ਨਾਲ ਸਾਦਾ ਨਾਰਾ ਮਾਰਨ ਲਈ ਅੱਕ 'ਚ ਖੜੇ ਸੀਗੇ, ਤਾਂ ਉਹਨਾਂ ਨੂੰ ਵੀ ਚੰਗਾ ਲੱਗਿਆ ਅਤੇ ਸਾਨੂੰ ਆਪ ਨੂੰ ਵੀ ਬਹੁਤ ਚੰਗਾ ਲੱਗਿਆ। ਅੱਜ ਤਾਂ ਪਰਮਾਤਮਾ ਅੱਗੇ ਅਸੀਂ ਅਰਦਾਸ ਕਰਦੇ ਰਹਿੰਦੇ ਹਾਂ ਕਿ ਇਹਨਾਂ ਹਕੂਮਤਾਂ ਦੇ ਮਨ ਦੇ ਵਿੱਚ ਮਿਹਰ ਪਵੇ, ਤੇ ਉਹ ਸਾਡੇ ਕਿਸਾਨ ਵੀਰਾਂ ਦੀ ਜਿਹੜੀਆਂ ਜਾਇਜ਼ ਮੰਗਾਂ ਨੇ ਉਹਨਾਂ ਨੂੰ ਮੰਨ ਕੇ, ਤਾਂ ਕਿ ਉਹ ਵੀ ਆਪਣੇ ਘਰੇ ਆਪਣੇ ਬੱਚਿਆਂ ਵਿੱਚ ਖੁਸ਼ੀ ਖੁਸ਼ੀ ਬੈਠਣ, ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਉੱਥੇ ਬੈਠਿਆਂ ਨੂੰ। ਬਾਕੀ ਹੋਰ ਮੈਂ ਕੀ ਜ਼ਿਆਦਾ ਕਹਿਣਾ ਚਾਹੂੰਗਾ, ਜਿਵੇਂ ਤੁਸੀਂ ਕਿਹਾ ਕਿ ਹਰੇਕ ਪਾਰਟੀ ਨੇ ਮੈਨੂੰ ਅਪਰੋਚ ਕੀਤਾ, ਔਰ ਵਾਕਈ ਕੀਤਾ, ਪਰ ਮੇਰਾ ਪੋਲੀਟੀਕਲੀ ਕੋਈ ਇੰਟਰਸਟ ਨਹੀਂ ਹੈ, ਸੋ ਮੈਂ ਇਸ ਕਰਕੇ ਜਿੰਨਾ ਪਿਆਰ ਮੈਨੂੰ ਇੱਧਰੋਂ ਮਿਲੀ ਜਾਂਦਾ ਮੈਂ ਨਹੀਂ ਚਾਹੁੰਦਾ, ਕਿਉਂਕਿ ਹਰ ਕੋਈ ਕਲਾਕਾਰ ਕਰ ਲਓ ਅੰਦਰੋਂ ਅਤੇ ਚਾਹੇ ਬਾਹਰੋਂ ਕਰ ਲਓ, ਚਾਹੇ ਸਰੋਤੇ ਕਰ ਲਓ, ਉਹ ਕਿਸੇ ਨਾ ਕਿਸੇ ਪਾਰਟੀ ਨਾਲ ਜੁੜੇ ਹੋਏ ਨੇ। ਹੁਣ ਅੱਜ ਮੈਨੂੰ ਸਾਰੇ ਪਿਆਰ ਕਰਦੇ ਆ, ਕੱਲ੍ਹ ਨੂੰ ਮੈਂ ਕਿਸੇ ਇੱਕ ਪਾਰਟੀ ਵੱਲੋਂ ਖੜ ਜਾਵਾਂ ਅਤੇ ਮੈਂ ਤਾਂ ਆਪਣੇ ਸਾਰੇ ਫੈਨਸ ਰਸਾਲੇ ਨਾ ਅੱਧ ਨਾਲੋਂ ਵੱਧ ਕਹਿ ਲਓ, ਸੋ ਜੇ ਮੈਂ ਇਸ ਕੀਮਤ ਤੇ ਆ ਕੇ ਆਪਣੇ ਫੈਨਸ ਹੀ ਗਵਾ ਲਏ ਤੇ ਮੈਂ ਕੀ ਖੱਟਿਆ। ਸੋ ਮੇਰਾ ਅਜੇ ਤੱਕ ਤਾਂ ਮਨ ਇਹੀ ਆ ਕਿ ਮੈਨੂੰ ਤਕਰੀਬਨ ਹਰੇਕ ਪਾਰਟੀ ਨੇ ਅਪਰੋਚ ਕੀਤਾ, ਹਰੇਕ ਨੇ ਕੀਤਾ, ਹੁਣ ਚੋਣਾਂ ਵੀ ਅੱਗੇ ਨੇ, ਕਰ ਵੀ ਰਹੀਆਂ ਨੇ, ਪਰ ਮੈਂ ਹੱਥ ਜੋੜ ਦਿੰਦਾ ਕਿ ਨਹੀਂ, ਮੇਰਾ ਇੱਧਰ ਇੰਟਰਸਟ ਨਹੀਂ ਪੋਲੀਟਿਕਸ ਵੱਲ, ਅਤੇ ਮੈਨੂੰ ਪਰਮਾਤਮਾ ਇੱਧਰ ਹੀ ਸਮੱਤ ਬਖਸ਼ੇ, ਇੱਧਰ ਹੀ ਮੈਂ ਤੁਹਾਡੀ ਸੇਵਾ ਕਰਦਾ ਰਹਾਂ ਪੰਜਾਬੀਅਤ ਦੀ, ਔਰ ਆਪਣੀਆਂ ਫਿਲਮਾਂ ਰਾਹੀਂ ਤੁਹਾਨੂੰ ਹਸਾਉਂਦਾ ਰਹਾਂ। ਸੋ ਮੈਂ ਨਹੀਂ ਚਾਹੁੰਦਾ ਇਸ ਉਮਰੇ ਮੈਂ ਕਿਸੇ ਦੀਆਂ ਗਾਵਾਂ ਖਾਵਾਂ, ਕਿਸੇ ਦੀਆਂ ਤੁਸੀਂ ਠੰਡੀਆਂ ਗੱਲਾਂ ਸੁਣਾ। ਉਹ ਕਿਸੇ ਨੇ ਕਿਹਾ ਸੀ ਨਾ ਜੀ ਮੈਨੂੰ ਮੇਰੇ ਪਿਛੋਕੜ ਬਾਰੇ ਨਹੀਂ ਪਤਾ, ਕਹਿੰਦਾ ਪੁੱਤ ਇਲੈਕਸ਼ਨ 'ਚ ਖੜ ਕੇ ਦੇਖ ਲਾ, ਉਹ ਥੋੜੇ ਫੋਲ ਦੇਣਗੇ ਦਾਦੇ ਲੱਕੜ ਦੱਸ ਦੇ। ਉਹ ਕਹਿੰਦਾ ਚੰਗਾ ਇਹ ਕਿਹਾ, ਜਿਹਨਾਂ ਨੂੰ ਜਿੰਨਾ ਕੁ ਪਤਾ ਉਨਾ ਹੀ ਪਤਾ ਰਹਿਣਗੇ। ਸੋ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਮੇਰੇ ਸਾਰੇ ਫੈਨਸ ਨੂੰ ਖੁਸ਼ੀਆਂ ਬਖਸ਼ਣ, ਔਰ ਫੈਨਸ ਲਈ ਕਿ ਅਸੀਂ ਫਿਲਮਾਂ ਬਣਾਉਣੀਆਂ ਨੇ,
और कोरोना तो छुटकारा पवे ताकि असीं फिल्मां बना के तुहाडी झोली पाईए ते तुसीं दुबारा सिनेमे दीआं रौनकां वधाओ। तुहाडा सारिआं दा ते टवाणा साहिब तुहाडा तुहाडे रेडियो दा बहुत बहुत धन्नवाद तुसीं मेरे नाल विचार सांझे कीते और मेरे सांझे करवाए मेरे फैन दा। बहुत मेहरबानी भल्ला साहब तुसीं इन्नी रात नूं साडे नाल गल्लबात दे लई समां कढ़िआ, दिली तौर ते शुक्रिया तुहाडा जी। ओके सर, वेलकम जी। सो धन्यवाद जी, टाइम बड़ा लिमिटेड है, न्यूज़ का सैगमेंट सर टैन साहब आप कल डिस्कस कर लेंगे।